ਸ਼ੇਰ ਨੂੰ ਸ਼ਿਕਾਰੀ ਦਾ ਦੇ ਹੱਥ ਪੈ ਜਾਵੇ, ਕਾਹਦਾ ਉਹ ਸ਼ੇਰ ਜਿਹੜਾ ਚੁੱਪ ਰਹਿ ਜਾਵੇ। ਪੁੱਤ ਮੇਰੇ ਭੁੱਲਦੇ ਨਾ ਕਦੇ ਬੈਰ ਨੂੰ, 21 ਸਾਲੀ ਚੱਕ ਲੈਂਦੇ ਉਡਵੈਰ ਨੂੰ। ਅਣਖਾਂ ਤੇ ਬਾਰ ਮੇਰੇ ਲਾਲ ਸਹਿੰਦੇ ਨਾ, ਭਾਜੀਆਂ ਮੋੜਨ ਤੀਕ ਚੁੱਪ ਬਹਿੰਦੇ ਨਾ। ਲੁੱਟਾਂ ਖੋਹਾਂ ਦੰਗਿਆਂ ਕਤਲਾਂ ਤੋਂ ਬੇਖੌਫ ਜਨਾਨਾ ਮਿਸ਼ਨਰੀ ਸੁਸਾਇਟੀ ਦੀ ਕਾਰਕੁਨ ਅਤੇ ਸਿਟੀ ਮਿਸ਼ਨ ਸਕੂਲ ਦੀ ਮੈਨੇਜਰ ਮਿਸ ਮਾਰਸ਼ੈਲਾ ਸ਼ੇਰਵੁੱਡ ਪਿਛਲੇ 15 ਸਾਲਾਂ ਤੋਂ ਅੰਮ੍ਰਿਤਸਰ ਰਹਿ ਰਹੀ ਸੀ। ਜਦੋਂ ਉਸਨੇ ਵਾਰਦਾਤਾਂ ਦੀ ਖਬਰ ਸੁਣੀ ਤਾਂ ਉਹ ਆਪਣੇ ਸਾਈਕਲ 'ਤੇ ਹੀ ਉਹਨਾਂ 5 ਸਕੂਲਾਂ ਨੂੰ ਬੰਦ ਕਰਵਾਉਣ ਤੁਰ ਪਈ ਜਿਨ੍ਹਾਂ ਦੀ ਉਹ ਸੁਪਰਡੈਂਟ ਸੀ। ਇਹਨਾਂ ਸਕੂਲਾਂ ਵਿੱਚ ਸਿੱਖਾਂ, ਹਿੰਦੂਆਂ ਅਤੇ ਮੁਸਲਮਾਨਾਂ ਦੀਆਂ 600 ਬੱਚੀਆਂ ਪੜ੍ਹਦੀਆਂ ਸਨ। ਮਿਸ ਸ਼ੇਰਵੁੱਡ ਚਾਹੁੰਦੀ ਸੀ ਕਿ ਬੱਚੀਆਂ ਨੂੰ ਹਾਲਾਤ ਹੱਥੋਂ ਨਿਕਲਣ ਤੋਂ ਪਹਿਲਾਂ ਸੁਰੱਖਿਅਤ ਘਰੀਂ ਭੇਜਿਆ ਜਾਵੇ। ਇੱਕ ਤੰਗ ਜਿਹੀ ਗਲੀ ਵਿੱਚ ਮਿਸ ਸ਼ੇਰਵੁੱਡ ਨੂੰ ਭੀੜ ਨੇ ਘੇਰ ਲਿਆ। ਕਿਸੇ ਨੇ ਕਿਹਾ, ਛੱਡ ਦਿਓ, ਇਹ ਸਾਡੀਆਂ ਬੱਚੀਆਂ ਨੂੰ ਪੜ੍ਹਾਉਂਦੀ ਹੈ। ਕਿਸੇ ਕਿਹਾ, ਗੋਰੀ ਹੈ, ਮਾਰ ਦਿਓ। ਮਿਸ ਸ਼ੇਰਵੁੱਡ ਨੇ ਹਿੰਮਤ ਕਰਕੇ ਸਾਈਕਲ ਦੂਜੇ ਪਾਸੇ ਘੁਮਾ ਕੇ ਜ਼ੋਰ ਨਾਲ ਪੈਡਲ ਮਾਰੇ ਅਤੇ ਇੱਕ ਵਾਰ ਨਿਕਲ ਗਈ। ਪਰ ਬਦਕਿਸਮਤੀ ਨਾਲ ਜਿਹੜੀ ਗਲੀ ਪਈ ਉਹ ਬੰਦ ਸੀ। ਬੜੀ ਤੇਜ਼ੀ ਨਾਲ ਮੁੜ ਕੇ ਇੱਕ ਹੋਰ ਹੰਬਲਾ ਮਾਰਿਆ ਤਾਂ ਇੱਕ ਅਜਿਹੀ ਗਲੀ 'ਚ ਪਹੁੰਚ ਗਈ ਜਿੱਥੇ ਲੋਕ ਉਸਦੇ ਜਾਣੂ ਸਨ। ਉਸਨੇ ਸੁੱਖ ਦਾ ਸਾਹ ਲਿਆ। ਕਿਸੇ ਨੇ ਦਰਵਾਜ਼ਾ ਖੋਲ੍ਹ ਕੇ ਉਸਨੂੰ ਅੰਦਰ ਸੱਦ ਲਿਆ। ਕੁਛ ਚਿਰ ਬਾਅਦ ਮਿਸ ਸ਼ੇਰਵੁੱਡ ਨੇ ਸੋਚਿਆ ਕਿ ਭੀੜ ਅੱਗੇ ਲੰਘ ਗਈ ਹੈ। ਉਸਨੂੰ ਸਕੂਲ ਵਿੱਚ ਰਹਿ ਗਈਆਂ 2 ਸਹਾਇਕ ਟੀਚਰਾਂ ਦੀ ਚਿੰਤਾ ਹੋਣ ਲੱਗੀ ਅਤੇ ਉਹ ਫਿਰ ਨਿਕਲ ਤੁਰੀ। ਇਸ ਵਾਰ ਉਹ ਇੰਨੀ ਖੁਸ਼ਕਿਸਮਤ ਨਾ ਨਿਕਲੀ ਅਤੇ ਭੀੜ ਨੇ ਗਰਲਜ਼ ਸਕੂਲ ਦੇ ਨੇੜੇ ਕੂਚਾ ਕੋੜੀਆਂ ਵਿੱਚ ਦਬੋਚ ਲਈ। ਮਿਸ ਸ਼ੇਰਵੁੱਡ ਨੂੰ ਸਾਈਕਲ ਤੋਂ ਥੱਲੇ ਸਿੱਟ ਲਿਆ ਗਿਆ। ਮਗਰੋਂ ਦਿੱਤੇ ਆਪਣੇ ਬਿਆਨ 'ਚ ਉਹ ਦੱਸਦੀ ਹੈ, ਉਹਨੂੰ ਬੂਟਾਂ, ਘਸੁੰਨਾਂ, ਡੰਡਿਆਂ, ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹਦੇ ਵਾਲ ਪੁੱਟ ਦਿੱਤੇ ਗਏ, ਕੱਪੜੇ ਪਾੜ ਦਿੱਤੇ ਗਏ। ਜਦੋਂ ਉਸਨੇ ਥੋੜ੍ਹਾ ਹੌਂਸਲਾ ਕਰਕੇ ਲੜਖੜਾ ਕੇ ਤੁਰਦੀ ਨੇ ਇੱਕ ਦਰਵਾਜ਼ਾ ਖੁੱਲ੍ਹਾ ਵੇਖ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਉਹਦੇ ਮੂੰਹ ਉੱਤੇ ਮਾਰਦਿਆਂ ਬੰਦ ਕਰ ਲਿਆ ਗਿਆ। ਕਿਸੇ ਨੇ ਵਾਲਾਂ ਤੋਂ ਫੜ ਕੇ ਉਸਨੂੰ ਫਿਰ ਥੱਲੇ ਸੁੱਟ ਲਿਆ ਅਤੇ ਕਾੜ ਘਰ ਦੀ ਡਾਂਗ ਸਿਰ 'ਚ ਲਿਆ ਮਾਰੀ। ਉਹ ਡਿੱਗ ਪਈ। ਭੀੜ 'ਚੋਂ ਕਿਸੇ ਆਖਿਆ, ਮਰ ਗਈ। ਭੀੜ ਨੇ ਗਾਂਧੀ ਜੀ ਦੀ ਜੈ, ਡਾਕਟਰ ਕਿਚਲੂ ਦੀ ਜੈ ਦੇ ਨਾਅਰੇ ਲਾਏ ਅਤੇ ਮਰਿਆ ਸਮਝ ਕੇ ਛੱਡ ਗਏ। ਇਸ ਘਟਨਾ ਦੀ ਹੰਟਰ ਕਮਿਸ਼ਨ ਨੇ ਵੀ ਵਿਸ਼ੇਸ਼ ਤੌਰ 'ਤੇ ਨਿੰਦਾ ਕੀਤੀ ਹੈ। ਜਲਦੀ ਹੀ ਇੱਕ ਬਜ਼ੁਰਗ ਔਰਤ ਨੇ ਉਸਨੂੰ ਚੱਕ ਕੇ ਆਪਣੇ ਅੰਦਰ ਕਰ ਲਿਆ। ਜਦ ਹਨੇਰਾ ਹੋਇਆ ਤਾਂ ਕੰਬਲ ਵਿੱਚ ਲਪੇਟ ਕੇ ਇੱਕ ਰੇਹੜੀ ਉੱਤੇ ਪਾ ਕੇ ਉਹਦੇ ਘਰ ਛੱਡਿਆ ਗਿਆ, ਜਿੱਥੇ ਡਾਕਟਰ ਨੇ ਮੱਲਮ ਪੱਟੀ ਕੀਤੀ ਅਤੇ ਫਿਰ ਉਸਨੂੰ ਵੀ ਗੋਬਿੰਦਗੜ੍ਹ ਦੇ ਕਿਲ੍ਹੇ ਵਿੱਚ ਲਿਜਾਇਆ ਗਿਆ। ਜਦੋਂ ਜਨਰਲ ਡਾਇਰ ਉਸਨੂੰ ਮਿਲਿਆ ਤਾਂ ਉਹ ਸਿਰ ਤੋਂ ਪੈਰਾਂ ਤੱਕ ਪੂਰੀ ਤਰ੍ਹਾਂ ਪੱਟੀਆਂ ਵਿੱਚ ਲਪੇਟੀ ਹੋਈ ਸੀ। ਮਿਲਟਰੀ ਪਾਵਰ ਸਟੇਸ਼ਨ ਦੇ ਇਲੈਕਟ੍ਰੀਸ਼ੀਅਨ ਸਾਰਜੈਂਟ ਰੌਲੈਂਡ ਨੂੰ ਰੀਗੋ ਬ੍ਰਿਜ ਦੇ ਨੇੜੇ ਭੀੜ ਨੇ ਉਸ ਸਮੇਂ ਕਤਲ ਕਰ ਦਿੱਤਾ ਜਦੋਂ ਉਹ ਕਿਲ੍ਹੇ ਵੱਲ ਜਾ ਰਿਹਾ ਸੀ। ਇੰਡੀਅਨ ਕ੍ਰਿਸਚੀਅਨ ਚਰਚ, ਰਿਲੀਜੀਅਸ ਬੁੱਕ ਸੁਸਾਇਟੀ ਦਾ ਡੀਪੂ ਅਤੇ ਹਾਲ ਵੀ ਸਾੜ ਦਿੱਤੇ ਗਏ। ਚਰਚ ਮਿਸ਼ਨਰੀ ਸੁਸਾਇਟੀ ਦੇ ਗਰਲਜ਼ ਸਕੂਲ ਨੂੰ ਸਾੜਨ ਦੀ ਕੋਸ਼ਿਸ਼ ਹੋਈ ਪਰ ਇੰਸਪੈਕਟਰ ਮਾਰਸ਼ਲ ਦੇ ਫੌਜੀ ਦਸਤੇ ਨੇ ਇਸ ਨੂੰ ਬਚਾ ਲਿਆ। ਟਾਊਨ ਹਾਲ ਨੂੰ ਅੱਗ ਲਾ ਕੇ ਅੰਦਰ ਪਿਆ ਸਾਰਾ ਰਿਕਾਰਡ ਸਾੜ ਦਿੱਤਾ ਗਿਆ। ਸ੍ਰੀ ਦਰਬਾਰ ਸਾਹਿਬ, ਮਜੀਠ ਪੰਡੀ ਅਤੇ ਢਾਬ ਬਸਤੀ ਰਾਮ ਦੇ ਸਭ ਪੋਸਟ ਆਫਿਸ ਲੁੱਟ ਲੈ ਗਏ। ਅੰਮ੍ਰਿਤਸਰ ਦੇ ਨੇੜੇ ਦੀਆਂ ਬਹੁਤ ਸਾਰੀਆਂ ਟੈਲੀਗ੍ਰਾਫ ਅਤੇ ਟੈਲੀਫੋਨ ਤਾਰਾਂ ਕੱਟ ਦਿੱਤੀਆਂ ਗਈਆਂ। ਰੇਲਵੇ ਦੀਆਂ ਪਟੜੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਤਰਨ ਤਾਰਨ ਲਾਈਨ ਦਾ ਭਗਤਾਂ ਵਾਲਾ ਰੇਲਵੇ ਸਟੇਸ਼ਨ, ਜੋ ਦਰਬਾਰ ਸਾਹਿਬ ਤੋਂ 1 ਮੀਲ ਦੀ ਦੂਰੀ 'ਤੇ ਸੀ, ਉਹ ਵੀ ਲੁੱਟਿਆ ਗਿਆ ਅਤੇ ਸਾੜ ਦਿੱਤਾ ਗਿਆ। ਟੈਲੀਗ੍ਰਾਫ ਤਾਰਾਂ ਵੀ ਕੱਟ ਦਿੱਤੀਆਂ ਗਈਆਂ। ਲਾਹੌਰ ਜਾ ਰਹੀ ਕਲਕੱਤਾ ਮੇਲ ਟ੍ਰੇਨ ਨੂੰ ਰੋਕਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਰਾਤ ਸਮੇਂ ਸ਼ੇਹਰਟਾ ਰੇਲਵੇ ਸਟੇਸ਼ਨ 'ਤੇ ਹਮਲਾ ਕਰਕੇ ਯਾਰਡ ਵਿੱਚ ਖੜ੍ਹੀ ਇੱਕ ਮਾਲ ਗੱਡੀ ਨੂੰ ਲੁੱਟ ਲਿਆ ਗਿਆ। ਸਾਰੀਆਂ ਘਟਨਾਵਾਂ ਦਾ ਪੈਟਰਨ ਇੱਕੋ ਸੀ, ਲੁੱਟ ਖੋਹ, ਮਾਰ ਧਾੜ, ਸਾਰੇ ਥਾਈਂ ਅੱਗ ਲਾਉਣ ਲਈ ਮਿੱਟੀ ਦਾ ਤੇਲ ਵਰਤਿਆ ਗਿਆ। ਨਿਹੱਥੇ ਰਾਹਗੀਰਾਂ 'ਤੇ ਹਮਲੇ ਕੀਤੇ ਗਏ। ਔਰਤਾਂ ਨਾਲ ਵੀ ਲਿਹਾਜ਼ ਨਹੀਂ ਕੀਤਾ ਗਿਆ।
ਅਸੀਂ ਇਸ ਡਾਕੂਮੈਂਟਰੀ ਦੀ ਰਿਸਰਚ ਜਦੋਂ ਕਰ ਰਹੇ ਸਾਂ ਤਾਂ ਭੀੜ ਦੀ ਮਾਨਸਿਕਤਾ 1984 ਦੇ ਦਿੱਲੀ ਅਤੇ 2002 ਦੇ ਗੁਜਰਾਤ ਕਤਲੇਆਮ ਨਾਲ ਮੇਲ ਖਾਂਦੀ ਦਿਸੀ। ਸਿਵਲ ਸਰਜਨ ਹੈਨਰੀ ਸਮਿਥ ਨੇ ਹੰਟਰ ਕਮਿਸ਼ਨ ਕੋਲ ਵੀ ਇਹ ਸ਼ੱਕ ਜ਼ਾਹਰ ਕੀਤਾ ਕਿ ਇਹ ਸਭ ਚੰਗੀ ਤਰ੍ਹਾਂ ਬੇਅੰਤਿਆ ਲੱਗਦਾ ਸੀ। ਘਟਨਾਵਾਂ ਜਥੇਬੰਦਕ ਸਨ ਅਤੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਇੱਕੋ ਸਮੇਂ ਹਾਲਾਤ ਵਿਗੜੇ ਸਨ। ਕੁਝ ਅਫਸਰਾਂ ਨੇ ਕਿਸੇ ਡੰਡਾ ਫੌਜ ਦਾ ਜ਼ਿਕਰ ਵੀ ਕੀਤਾ ਹੈ। ਕਮਿਸ਼ਨ ਨੇ ਕਰਨਲ ਸਮਿਥ ਨਾਲ ਇਸ ਥਿਊਰੀ ਬਾਰੇ ਤਿੱਖੇ ਸਵਾਲ ਜਵਾਬ ਕੀਤੇ, ਪਰ ਉਹਦੀ ਗੱਲ 'ਤੇ ਬਹੁਤਾ ਗੌਰ ਨਹੀਂ ਕੀਤਾ ਗਿਆ, ਕਿਉਂਕਿ ਇਹ ਗੱਲ ਸਹੀ ਸੀ ਕਿ 10 ਤਾਰੀਖ ਦੀਆਂ ਘਟਨਾਵਾਂ ਭੀੜ ਦੀ ਵੱਡੀ ਮੂਰਖਤਾ ਸਨ। ਪਰ ਜਨਰਲ ਡਾਇਰ ਨੇ ਆ ਕੇ ਇੱਕ ਬਹੁਤ ਵੱਡੀ ਮੂਰਖਤਾ ਕਰਕੇ ਛੋਟੀ ਮੂਰਖਤਾ ਨੂੰ ਮਾਤ ਦੇ ਦਿੱਤੀ। ਕਈ ਗੋਰੇ ਗੋਰੀਆਂ ਨੇ ਕਾਲੀ ਸਿਆਹੀ ਨਾਲ ਚਮੜੀ ਦਾ ਰੰਗ ਬਦਲ ਕੇ ਅਤੇ ਦੇਸੀ ਪਹਿਰਾਵਾ ਧਾਰਨ ਕਰਕੇ ਆਪਣੇ ਆਪ ਨੂੰ ਬਚਾਇਆ। ਇਹਨਾਂ 'ਚੋਂ ਕੁਝ ਗਲੀਆਂ 'ਚੋਂ ਹੁੰਦੇ ਹੋਏ ਕਿਲੇ ਤੱਕ ਪਹੁੰਚੇ ਅਤੇ ਅੱਖੀਂ ਡਿੱਠਾ ਹਾਲ ਬਿਆਨ ਕੀਤਾ। ਉਹਨਾਂ ਦੱਸਿਆ ਕਿ ਗਲੀਆਂ ਵਿੱਚ ਪਾਗਲ ਹੋਈ ਭੀੜ ਵਾਈਟ ਬਲੱਡ ਜਾਣੀ ਚਿੱਟੇ ਲੋਕਾਂ ਦੇ ਖੂਨ ਦੀ ਮੰਗ ਕਰ ਰਹੀ ਸੀ। ਫਸਾਦੀ ਸ਼ਰੇਆਮ ਨੈਸ਼ਨਲ ਬੈਂਕ ਵਿੱਚੋਂ ਲੁੱਟਿਆ ਹੋਇਆ ਸਮਾਨ ਲਹਿਰਾ ਰਹੇ ਸਨ। ਇੱਕ ਸੂਏ ਨੇ ਦੱਸਿਆ ਕਿ ਭੀੜ ਲਲਕਾਰ ਰਹੀ ਸੀ ਕਿ ਯੂਰਪੀਅਨਾਂ ਨੂੰ ਮਾਰ ਦਿਓ, ਇਹੀ ਸਮਾਂ ਹੈ, ਸਾਨੂੰ ਤਕੜੇ ਹੋਣਾ ਚਾਹੀਦਾ ਹੈ। ਕਿਲ੍ਹਾ ਗੋਬਿੰਦਗੜ੍ਹ, ਕੋਤਵਾਲੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਛੱਡ ਕੇ ਬਾਕੀ ਤਕਰੀਬਨ ਸਾਰਾ ਸ਼ਹਿਰ ਹੀ ਗੋਰਿਆਂ ਹੱਥੋਂ ਖਿਸਕ ਰਿਹਾ ਸੀ। ਹਬੜਾ ਦਬੜੀ ਵਿੱਚ ਪ੍ਰਸ਼ਾਸਨ ਥੱਕ ਕੇ ਚੂਰ ਹੋ ਗਿਆ। ਕਿਸੇ ਪਾਸਿਓਂ ਕੋਈ ਫੌਜੀ ਮਦਦ ਨਹੀਂ ਸੀ ਆ ਰਹੀ। ਦੁਪਹਿਰੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਇੱਕ ਰੇਲ ਆਈ। ਦ ਅੰਮ੍ਰਿਤਸਰ ਮਾਸਕੇਅਰ ਦਾ ਲਿਖਾਰੀ ਐਲਫਰਡ ਡਰੈਪਰ ਲਿਖਦਾ ਹੈ ਕਿ ਇਸ ਵਿੱਚ 19th ਗੋਰਖਾ ਰਾਈਫਲਜ਼ ਦੇ 50 ਜਵਾਨ ਸਵਾਰ ਸਨ, ਜੋ ਕੈਪਟਨ ਜੀ ਪੀ ਕ੍ਰਿੰਪਟਨ ਦੀ ਅਗਵਾਈ ਵਿੱਚ ਦੇਹਰਾਦੂਨ ਤੋਂ ਪਿਸ਼ਾਵਰ ਜਾ ਰਹੇ ਸਨ। ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਜਦੋਂ ਗੱਡੀ ਹੌਲੀ ਹੋਈ ਤਾਂ ਕੈਪਟਨ ਨੇ ਚੀਕ ਚਿਹਾੜਾ ਸੁਣਿਆ। ਜਦੋਂ ਵਾਰੀ ਵਿੱਚ ਦੀ ਦੇਖਿਆ ਤਾਂ ਇੱਕ ਵੱਡੀ ਭੀੜ ਵਿਖਾਈ ਦਿੱਤੀ। ਸਟੇਸ਼ਨ ਅਧਿਕਾਰੀ ਨੇ ਸ਼ਹਿਰ ਦੀ ਵਿਗੜੀ ਹਾਲਤ ਬਾਰੇ ਦੱਸਿਆ ਤਾਂ ਇਹ ਫੌਜੀ ਪਿਸ਼ਾਵਰ ਜਾਣ ਦੀ ਬਜਾਏ ਅੰਮ੍ਰਿਤਸਰ ਹੀ ਉਤਰ ਗਏ। ਇਹ ਇੱਕ ਅਣਕਿਆਸੀ ਮਦਦ ਤਾਂ ਸੀ, ਪਰ ਮਸਲਾ ਇਹ ਸੀ ਕਿ ਇਸ ਟੁਕੜੀ ਕੋਲ ਕੋਈ ਹਥਿਆਰ ਨਹੀਂ ਸੀ। ਇਹਨਾਂ ਨੂੰ ਕਿਲ੍ਹਾ ਗੋਬਿੰਦਗੜ੍ਹ ਲਿਜਾਇਆ ਗਿਆ, ਜਿੱਥੋਂ ਹਥਿਆਰ ਦੇ ਕੇ ਕਿਲ੍ਹੇ ਨੂੰ ਜਾਣ ਵਾਲੇ ਰਾਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇਸ ਟੁਕੜੀ ਨੂੰ ਸੌਂਪੀ ਗਈ। ਮਾਸਕੇਅਰ ਐਟ ਅੰਮ੍ਰਿਤਸਰ ਦਾ ਲਿਖਾਰੀ ਰੁਪਰਟ ਫਰਨੌਕਸ ਇਹਨਾਂ ਦੀ ਗਿਣਤੀ 260 ਦੱਸਦਾ ਹੈ। ਉਹ ਲਿਖਦਾ ਹੈ ਕਿ ਕਿਲ੍ਹੇ ਵਿੱਚ ਲਿਜਾ ਕੇ 100 ਜਵਾਨਾਂ ਨੂੰ ਹਥਿਆਰ ਦਿੱਤੇ ਗਏ। ਡਿਸਆਰਡਰ ਇਨਕੁਆਇਰੀ ਕਮੇਟੀ ਇਹਨਾਂ ਜਵਾਨਾਂ ਦੀ ਗਿਣਤੀ 260 ਦੱਸਦੀ ਹੈ ਅਤੇ ਮੰਨਦੀ ਹੈ ਕਿ ਹਥਿਆਰ ਕੇਵਲ 100 ਨੂੰ ਹੀ ਦਿੱਤੇ ਗਏ। ਇਹ ਰੇਲ ਦੇ ਆਉਣ ਦਾ ਸਮਾਂ 1-2 ਵਜੇ ਦੇ ਵਿਚਕਾਰ ਦੱਸਦੀ ਹੈ। ਵੀ ਐਨ ਦੱਤ ਇਹ ਗਿਣਤੀ 270 ਦੱਸਦੇ ਹਨ। ਦ ਬੁੱਚੜ ਆਫ ਅੰਮ੍ਰਿਤਸਰ ਕਿਤਾਬ ਵੀ ਇਹ ਅੰਕੜਾ 260 ਹੀ ਦੱਸਦੀ ਹੈ। ਕੋਈ 4:15 ਵਜੇ ਡਿਪਟੀ ਕਮਿਸ਼ਨਰ ਇਰਵਿੰਗ ਰੇਲਵੇ ਟੈਲੀਫੋਨ ਰਾਹੀਂ ਲਾਹੌਰ ਬੈਠੇ ਉਡਵਾਇਰ ਨੂੰ ਸੁਨੇਹਾ ਦੇਣ ਵਿੱਚ ਕਾਮਯਾਬ ਹੋ ਗਿਆ। ਇਹ ਅੰਮ੍ਰਿਤਸਰ ਵਿੱਚ ਕਮਿਊਨੀਕੇਸ਼ਨ ਦਾ ਇਕਲੌਤਾ ਬਚਿਆ ਸਾਧਨ ਸੀ। ਇਰਵਿੰਗ ਨੇ ਹੋਰ ਆਦਮੀਆਂ ਅਤੇ ਇੱਕ ਹਵਾਈ ਜਹਾਜ਼ ਦੀ ਮੰਗ ਕੀਤੀ। ਉਡਵਾਇਰ ਨੇ ਅੰਮ੍ਰਿਤਸਰ ਦੇ ਹਾਲਾਤਾਂ ਦੀ ਸੰਖੇਪ ਰਿਪੋਰਟ ਲੈ ਕੇ ਮਿਸਟਰ ਕਿਚਨ ਨੂੰ ਹੁਕਮ ਕੀਤੇ ਕਿ ਮੋਟਰ ਕਾਰ ਰਾਹੀਂ ਤੁਰੰਤ ਅੰਮ੍ਰਿਤਸਰ ਨਿਕਲਿਆ ਜਾਵੇ। ਤਕਰੀਬਨ 5 ਵਜੇ ਕਮਿਸ਼ਨਰ ਆਫ ਡਿਵੀਜ਼ਨ ਮਿਸਟਰ AJW ਕਿਚਨ ਅਤੇ DIG ਮਿਸਟਰ ਡੋਨਲਡ ਲਾਹੌਰ ਤੋਂ ਅੰਮ੍ਰਿਤਸਰ ਪਹੁੰਚ ਗਏ। ਲਾਹੌਰ ਵਿੱਚ ਵੀ ਹਲਚਲ ਤੇਜ਼ ਹੋ ਗਈ। ਲੈਫਟੀਨੈਂਟ ਕਰਨਲ MH ਮੋਰਗਨ, ਕਮਾਂਡਿੰਗ ਅਫਸਰ 124th ਬਲੋਚ ਬਟਾਲੀਅਨ ਨੂੰ ਬ੍ਰਿਗੇਡ ਦਫ਼ਤਰ ਬੁਲਾ ਕੇ ਅੰਮ੍ਰਿਤਸਰ ਦੀ ਹਾਲਤ ਤੋਂ ਜਾਣੂ ਕਰਵਾਇਆ ਗਿਆ। ਮੋਰਗਨ ਨੂੰ ਹੁਕਮ ਕੀਤੇ ਗਏ ਕਿ ਉਹ ਆਪਣੇ ਸੈਕਿੰਡ ਇਨ ਕਮਾਂਡ ਮੇਜਰ ਮੈਕਡੋਨਲਡ ਨੂੰ ਜ਼ਰੂਰੀ ਫੋਰਸ ਦੇ ਕੇ ਤੁਰੰਤ ਅੰਮ੍ਰਿਤਸਰ ਰਵਾਨਾ ਕਰੇ। ਦੇਰ ਰਾਤ 10 ਵਜੇ ਦੇ ਕਰੀਬ ਮੇਜਰ ਮੈਕਡੋਨਲਡ ਦੀ ਅਗਵਾਈ ਵਿੱਚ 300 ਫੌਜੀ ਲਾਹੌਰ ਤੋਂ ਅੰਮ੍ਰਿਤਸਰ ਆ ਗਏ, ਜਿਨ੍ਹਾਂ ਵਿੱਚ 125 ਬ੍ਰਿਟਿਸ਼ ਅਤੇ 175 ਬਲੋਚ ਸਨ। ਮੇਜਰ ਮੈਕਡੋਨਲਡ ਨੇ ਆ ਕੇ ਕੈਪਟਨ ਮੈਸੀ ਤੋਂ ਕਮਾਂਡ ਆਪਣੇ ਹੱਥ ਲੈ ਲਈ। ਮੇਜਰ ਮੈਕਡੋਨਲਡ ਡਿਪਟੀ ਸੁਪਰਡੈਂਟ ਮਿਸਟਰ ਪਲੂਮਰ ਨੂੰ ਨਾਲ ਲੈ ਕੇ ਹਾਲ ਗੇਟ ਵਾਲੇ ਪਾਸਿਓਂ ਸ਼ਹਿਰ ਵਿੱਚ ਦਾਖਲ ਹੋਇਆ ਅਤੇ ਕੋਤਵਾਲੀ ਚਲਿਆ ਗਿਆ, ਜਿੱਥੋਂ ਉਹਨਾਂ ਚਾਰਟਰਡ ਬੈਂਕ ਦੇ ਮੈਨੇਜਰ ਮਿਸਟਰ JW ਥੋਮਸਨ ਅਤੇ ਉਸਦੇ ਸਹਾਇਕ ਮਿਸਟਰ ਰੌਸ ਅਤੇ 3 ਹੋਰ ਗੋਰੇ ਸ਼ਹਿਰੀ ਜੋ ਕੋਤਵਾਲੀ 'ਚ ਸ਼ਰਨ ਲਈ ਬੈਠੇ ਸਨ, ਸਾਰਿਆਂ ਨੂੰ ਕਿਲ੍ਹੇ ਵਿੱਚ ਲਿਜਾਣ ਲਈ ਨਾਲ ਲਿਆ। ਉਹਨਾਂ ਖੁਸ਼ਕਿਸਮਤੀ ਨਾਲ ਬਚੀ ਡਾਕਟਰ ਈਸਟਨ ਨੂੰ ਵੀ ਲੱਭ ਕੇ ਨਾਲ ਲੈ ਲਿਆ।
ਨਵੇਂ ਆਏ ਫੌਜੀ ਕੁਝ ਜ਼ਰੂਰੀ ਥਾਵਾਂ ਤੋਂ ਰੇਲਵੇ ਅਤੇ ਸਿਵਲ ਲਾਈਨਜ਼ ਦੀ ਮੁਰੰਮਤ ਦੇ ਕੰਮ ਤੇ ਲਾ ਦਿੱਤੇ ਗਏ। ਸ਼ਹਿਰ ਦਾ ਗੇੜਾ ਲਾਉਂਦਿਆਂ ਉਹਨਾਂ ਭੀੜ ਵੱਲੋਂ 3.5 ਵਿਅਕਤੀਆਂ ਦੇ ਝੁਲਸੇ ਹੋਏ ਸਰੀਰ ਵੀ ਆਪਣੇ ਕਬਜ਼ੇ 'ਚ ਲੈ ਲਏ। ਕਿਲ੍ਹਾ ਗੋਬਿੰਦਗੜ੍ਹ ਵਿੱਚ ਬਹੁਤ ਛੋਟੇ ਬੱਚਿਆਂ ਤੋਂ ਇਲਾਵਾ 130 ਅੰਗਰੇਜ਼ ਔਰਤਾਂ ਅਤੇ ਬੱਚੇ ਸ਼ਰਨ ਲਈ ਬੈਠੇ ਸਨ। ਕਿਲ੍ਹੇ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਨੇ ਸਰਕਾਰ ਖਾਲਸਾ ਦੇ ਸ਼ਾਹੀ ਖਜ਼ਾਨੇ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਕਰਵਾਈ ਸੀ। ਉਹੀ ਕਿਲ੍ਹਾ ਅੱਜ ਗੋਰੇ ਸ਼ਰਨਾਰਥੀਆਂ ਲਈ ਆਸਰਾ ਬਣ ਗਿਆ ਸੀ। ਲਾਹੌਰ ਵਿੱਚ ਪ੍ਰਸ਼ਾਸਕੀ ਸਰਵਿਸ ਦਾ 25 ਸਾਲ ਦਾ ਤਜਰਬਾ ਰੱਖਣ ਵਾਲੇ ਕਮਿਸ਼ਨਰ ਆਫ ਡਿਵੀਜ਼ਨ ਮਿਸਟਰ AJW ਕਿਚਨ ਦਾ ਕਹਿਣਾ ਸੀ ਕਿ ਅੰਮ੍ਰਿਤਸਰ ਬਾਕੀ ਪੰਜਾਬ ਤੋਂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਹਾਲਾਤ ਲਾਚਾਰਗੀ ਵਾਲੇ ਸਨ। ਸਾਨੂੰ ਸਾਰਿਆਂ ਨੂੰ ਲੱਗਦਾ ਸੀ ਕਿ ਜਿਵੇਂ ਸਿਰਫ ਅਸੀਂ ਕੁਝ ਗੋਰੇ ਹੀ ਇੰਡੀਆ ਵਿੱਚ ਬਾਕੀ ਬਚੇ ਸਾਂ। 10 ਅਪ੍ਰੈਲ ਦੀ ਸ਼ਾਮ ਜਦੋਂ ਅੰਮ੍ਰਿਤਸਰ ਅੱਗ ਦੀਆਂ ਲਾਟਾਂ ਵਿੱਚ ਘਿਰਿਆ ਹੋਇਆ ਸੀ, ਲਾਹੌਰ ਚਿੰਤਾ ਵਿੱਚ ਸੀ। ਉਸੇ ਸਮੇਂ ਜਲੰਧਰ ਦੇ ਇੱਕ ਘਰ ਵਿੱਚ ਫਲੈਗ ਸਟਾਫ ਡਿਨਰ ਪਾਰਟੀ ਚੱਲ ਰਹੀ ਸੀ। ਮੇਜ਼ਬਾਨ ਥੋੜ੍ਹਾ ਚਿੰਤਾ ਵਿੱਚ ਡੁੱਬਿਆ ਹੋਇਆ ਸੀ, ਪਰ ਉਸਨੇ ਮਹਿਮਾਨਾਂ ਨੂੰ ਇਹ ਅੰਦਾਜ਼ਾ ਨਾ ਹੋਣ ਦਿੱਤਾ ਕਿ ਉਹਦੇ ਖਿਆਲਾਂ ਦੇ ਘੋੜੇ ਅੰਮ੍ਰਿਤਸਰ ਫਿਰਦੇ ਹਨ। ਇਹ ਪਾਰਟੀ ਬ੍ਰਿਗੇਡੀਅਰ ਜਨਰਲ ਡਾਇਰ ਦੇ ਘਰ ਚੱਲ ਰਹੀ ਸੀ। ਸ਼ਾਮ 6 ਵਜੇ ਲਾਹੌਰ ਤੋਂ ਮਿਲੇ ਇੱਕ ਸੁਨੇਹੇ ਨੇ ਜਨਰਲ ਡਾਇਰ ਨੂੰ ਗੁਰੂ ਕੀ ਨਗਰੀ ਦੇ ਵਿਗੜੇ ਹਾਲਾਤਾਂ ਬਾਰੇ ਖਬਰਦਾਰ ਕੀਤਾ ਸੀ ਅਤੇ ਨਾਲ ਹੀ ਹੁਕਮ ਸੀ ਕਿ ਆਪਣੇ ਫੌਜੀਆਂ ਦੀ ਇੱਕ ਟੁਕੜੀ ਜਲਦੀ ਤੋਂ ਜਲਦੀ ਅੰਮ੍ਰਿਤਸਰ ਰਵਾਨਾ ਕਰੇ। ਮਿੰਟਾਂ ਵਿੱਚ ਹੀ ਲੰਡਨ ਰੈਜੀਮੈਂਟ ਦੇ 100 ਜਵਾਨ ਜੋ ਅਜੇ ਕੁਝ ਸਮਾਂ ਪਹਿਲਾਂ ਪਾਰਟੀ ਦਾ ਆਨੰਦ ਲੈ ਰਹੇ ਸਨ, ਮਸ਼ਕਾਂ ਕਸਣ ਵਿੱਚ ਰੁੱਝ ਗਏ। ਉਹਨਾਂ ਦੇ ਨਾਲ 230 ਭਾਰਤੀ ਸਿਪਾਹੀ, ਮੈਡੀਕਲ ਅਫਸਰ ਅਤੇ ਬਾਕੀ ਸਟਾਫ ਸੀ। 9 ਵਜੇ ਦੇ ਕਰੀਬ ਮੇਜਰ FS ਕਲਾਰਕ DSO ਦੀ ਕਮਾਂਡ ਹੇਠ ਇਹ ਫੌਜੀ ਟੁਕੜੀ ਜਲੰਧਰ ਸਟੇਸ਼ਨ ਲਈ ਨਿਕਲ ਗਈ। ਫਲੈਗ ਸਟਾਫ ਪਾਰਟੀ ਵਿੱਚ ਕੋਈ ਵਿਘਨ ਨਾ ਪਿਆ। ਜਨਰਲ ਡਾਇਰ ਪੰਜਾਬ ਦਾ ਜੰਮਿਆ ਸੀ। ਉਸਦਾ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹੇ ਰਾਵਲਪਿੰਡੀ ਦੇ ਇੱਕ ਪਿੰਡ ਮਰੀ ਵਿੱਚ ਹੋਇਆ ਸੀ। ਮਰੀ ਵਿੱਚ ਡਾਇਰ ਦੇ ਪਿਓ ਦਾ ਸ਼ਰਾਬ ਦਾ ਕਾਰਖਾਨਾ ਸੀ। ਜੇ ਲਾਈਫ ਆਫ ਜਨਰਲ ਡਾਇਰ ਦੇ ਲੇਖ ਦੀ ਮੰਨੀਏ ਤਾਂ ਡਾਇਰ ਉਰਦੂ, ਪੰਜਾਬੀ, ਫਾਰਸੀ ਅਤੇ ਪਸ਼ਤੋ ਚੰਗੀ ਤਰ੍ਹਾਂ ਬੋਲ ਲੈਂਦਾ ਸੀ। ਘੋੜਸਵਾਰੀ, ਸ਼ਤਰੰਜ ਅਤੇ ਨਿਸ਼ਾਨੇਬਾਜ਼ੀ ਉਸਦੇ ਖਾਸ ਸ਼ੌਕ ਸਨ। ਖੈਰ, ਦੇਰ ਰਾਤ ਡਾਇਰ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਸਰ ਦੇ ਹਾਲਾਤ ਬਹੁਤ ਖਰਾਬ ਹਨ, ਕਈ ਯੂਰਪੀਅਨਾਂ ਦਾ ਕਤਲ ਕਰ ਦਿੱਤਾ ਗਿਆ ਹੈ। ਮੇਜਰ ਕਲਾਰਕ ਦੀ ਅਗਵਾਈ ਵਿੱਚ ਜਲੰਧਰੋਂ ਤੁਰੀ ਫੌਜੀ ਟੁਕੜੀ ਇੰਡੀਅਨ ਡਿਫੈਂਸ ਫੋਰਸ ਦੀ ਸਹਾਇਤਾ ਨਾਲ ਰੇਲ ਦੀਆਂ ਟੁੱਟੀਆਂ ਪਟੜੀਆਂ ਦੀ ਮੁਰੰਮਤ ਕਰਦੀ ਕਰਾਉਂਦੀ 11 ਅਪ੍ਰੈਲ ਨੂੰ ਸਵੇਰੇ ਸਾਜਰੇ ਅੰਮ੍ਰਿਤਸਰ ਪਹੁੰਚ ਗਈ। ਅਪ੍ਰੈਲ 11 ਨੂੰ ਦੋਵੇਂ ਧਿਰਾਂ ਆਪਣੇ ਮਰਿਆਂ ਦੀਆਂ ਅੰਤਮ ਰਸਮਾਂ ਕਰਨ 'ਚ ਰੁੱਝ ਗਈਆਂ। ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਨੇ ਪ੍ਰਦਰਸ਼ਨਕਾਰੀਆਂ ਦੀਆਂ ਅੰਤਮ ਰਸਮਾਂ ਲਈ ਦੁਪਹਿਰ 2 ਤੋਂ 4 ਵਜੇ ਤੱਕ ਦਾ ਸਮਾਂ ਦਿੱਤਾ। ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਇਹ ਅਫਵਾਹ ਵੀ ਫੈਲਾਈ ਗਈ ਕਿ ਭਾਰਤੀ ਫੌਜੀਆਂ ਨੇ ਬਗਾਵਤ ਕਰਕੇ ਲਾਹੌਰ ਦੇ ਸ਼ਾਹੀ ਕਿਲ੍ਹੇ ਅਤੇ ਅਨਾਰਕਲੀ ਬਾਜ਼ਾਰ ਨੂੰ ਕਬਜ਼ੇ ਵਿੱਚ ਲੈ ਲਿਆ। ਐਲਫਰੈਡ ਡਰੈਪਰ ਲਿਖਦੇ ਹਨ ਕਿ ਡਿਪਟੀ ਕਮਿਸ਼ਨਰ ਮਿਸਟਰ ਇਰਵਿੰਗ ਤੋਂ ਸੰਸਕਾਰ ਦੀ ਇਜਾਜ਼ਤ ਲੈਣ ਗਿਆ ਇੱਕ ਵਕੀਲ ਮਕਬੂਲ ਮਹਿਮੂਦ ਜਦੋਂ DC ਨੂੰ ਮਿਲ ਕੇ ਬਾਹਰ ਆ ਰਿਹਾ ਸੀ ਤਾਂ ਉਸਨੇ ਸੁਣਿਆ ਕਿ ਸਿਵਲ ਸਰਜਨ ਕਰਨ ਸਮਿਥ ਕਹਿ ਰਿਹਾ ਸੀ ਕਿ ਭੀੜ ਉੱਤੇ ਜਹਾਜ਼ਾਂ ਨਾਲ ਬੰਬਾਰੀ ਕਰ ਦੇਣੀ ਚਾਹੀਦੀ ਹੈ। ਸਰਜਣ ਇਕੱਲਾ ਨਹੀਂ ਸੀ ਜੋ ਬਦਲਾ ਲੈਣ ਬਾਰੇ ਸੋਚ ਰਿਹਾ ਹੋਵੇ। ਬਾਅਦ ਵਿੱਚ ਹਸਪਤਾਲ ਵਿੱਚ ਡਾਕਟਰ ਬਾਲ ਮੁਕੰਦ ਸਹਾਇਕ ਸਰਜਣ ਨੂੰ ਕਰਨਲ ਸਮਿਥ ਨੇ ਦੱਸਿਆ ਕਿ ਜਨਰਲ ਡਾਇਰ ਜਲੰਧਰ ਤੋਂ ਤੁਰ ਪਿਆ ਹੈ। ਕਰਨਲ ਨੇ ਕੁਝ ਰੇਖਾਵਾਂ ਵਾਹ ਕੇ ਦੱਸਿਆ ਕਿ ਕਿਵੇਂ ਅਤੇ ਸ਼ਹਿਰ ਦੇ ਕਿਹੜੇ ਹਿੱਸੇ 'ਤੇ ਬੰਬਾਰੀ ਹੋ ਸਕਦੀ ਹੈ। ਬਾਲ ਮੁਕੰਦ ਆਪਣੀ ਸੁਰੱਖਿਆ ਨੂੰ ਲੈ ਕੇ ਡਰ ਗਿਆ ਤਾਂ ਕਰਨਲ ਸਮਿਥ ਨੇ ਸਲਾਹ ਦਿੱਤੀ ਕਿ ਤੂੰ ਆਪਣਾ ਘਰ ਛੱਡ ਕੇ ਹਸਪਤਾਲ ਵਿੱਚ ਸ਼ਰਨ ਲੈ। 11 ਅਪ੍ਰੈਲ ਨੂੰ ਦੁਪਹਿਰ 2 ਵਜੇ ਜਨਰਲ ਡਾਇਰ ਨੂੰ ਹੁਕਮ ਮਿਲਿਆ ਕਿ ਜਿੰਨੀ ਛੇਤੀ ਹੋ ਸਕੇ ਉਹ ਖੁਦ ਜਾ ਕੇ ਅੰਮ੍ਰਿਤਸਰ ਦਾ ਚਾਰਜ ਸੰਭਾਲੇ ਅਤੇ ਜਿਹੜੇ ਕਦਮ ਜ਼ਰੂਰੀ ਸਮਝੇ ਚੱਕ ਲਵੇ। ਜਨਰਲ ਨੇ ਤਿਆਰੀ ਕਰ ਲਈ। ਸ਼ਾਮ 6 ਵਜੇ ਤੁਰਨ ਤੋਂ ਪਹਿਲਾਂ ਆਪਣੇ ਪੁੱਤਰ ਕੈਪਟਨ ਆਇਵਨ ਡਾਇਰ ਨੂੰ ਕਿਹਾ ਕਿ ਦੇਅਰ ਇਜ਼ ਏ ਬਿਗ ਸ਼ੋਅ ਕਮਿੰਗ, ਤੂੰ ਘਰ ਦਾ ਖਿਆਲ ਰੱਖੀਂ, ਬਾਹਰ ਬਰਾਂਡੇ ਕੋਲ ਦਰਖਤ ਥੱਲੇ ਸੌਂ ਜਾਵੀਂ। ਮੋਟਰਕਾਰ ਰਾਹੀਂ ਬ੍ਰਿਗੇਡ ਮੇਜਰ ਕੈਪਟਨ ਬ੍ਰਿਕਸ ਅਤੇ ਕੈਪਟਨ ਬੋਸਟੋਕ ਨੂੰ ਨਾਲ ਲੈ ਕੇ ਜਨਰਲ ਡਾਇਰ 11 ਦੀ ਰਾਤ ਨੂੰ ਤਕਰੀਬਨ 9 ਵਜੇ ਅੰਮ੍ਰਿਤਸਰ ਪਹੁੰਚ ਗਿਆ ਸੀ।
ਆ ਕੇ ਸਿੱਧਾ ਰੇਲਵੇ ਸਟੇਸ਼ਨ ਗਿਆ। ਰੇਲ ਦੇ ਇੱਕ ਡੱਬੇ ਵਿੱਚ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਅਤੇ ਸੁਪਰਡੈਂਟ ਆਫ ਪੁਲਿਸ ਮਿਸਟਰ ਰੀਹਲ ਨਾਲ ਮੁਲਾਕਾਤ ਕੀਤੀ। ਇਰਵਿੰਗ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ। ਉਸਨੇ ਡਾਇਰ ਨੂੰ ਸ਼ਹਿਰ ਦੇ ਹਾਲਾਤਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਜਦੋਂ ਡਾਇਰ ਨੂੰ ਮਿਸ ਮਾਰਸ਼ੈਲਾ ਸ਼ੇਰਵੁੱਡ 'ਤੇ ਹੋਏ ਕਾਇਰਾਨਾ ਹਮਲੇ ਦੀ ਜਾਣਕਾਰੀ ਦਿੱਤੀ ਗਈ ਤਾਂ ਉਹ ਸੁਣ ਕੇ ਲਾਲ ਪੀਲਾ ਹੋ ਗਿਆ। ਡਿਪਟੀ ਕਮਿਸ਼ਨਰ ਨੇ ਇਹ ਆਖ ਕੇ ਹੱਥ ਖੜ੍ਹੇ ਕਰ ਦਿੱਤੇ ਕਿ ਹਾਲਾਤ ਸਿਵਲ ਪ੍ਰਸ਼ਾਸਨ ਦੇ ਹੱਥੋਂ ਨਿਕਲ ਚੁੱਕੇ ਹਨ। ਕਾਨਫਰੰਸ ਦੇ ਅਖੀਰ ਵਿੱਚ ਇੱਕ ਸਰਕੂਲਰ ਲਿਖਿਆ ਗਿਆ ਜਿਸ ਦਾ ਵਿਸਥਾਰ ਸੀ, ਦ ਟਰੂਪਸ ਹੈਵ ਆਰਡਰਸ ਟੂ ਰੀਸਟੋਰ ਆਰਡਰ ਇਨ ਅੰਮ੍ਰਿਤਸਰ ਐਂਡ ਟੂ ਯੂਜ ਆਲ ਫੋਰਸ ਨੈਸੈਸਰੀ, ਨੋ ਗੈਦਰਿੰਗ ਆਫ ਪਰਸਨ ਨੋਰ ਪ੍ਰੋਸੈਸਨ ਆਫ ਐਨੀ ਸੋਰਟ ਵਿਲ ਬੀ ਅਲਾਊਡ, ਆਲ ਗੈਦਰਿੰਗ ਵਿਲ ਬੀ ਫਾਇਰਡ ਔਨ ਐਨੀ ਪਰਸਨ ਲੀਵਿੰਗ ਦ ਸਿਟੀ ਇਨ ਗਰੁੱਪ ਆਫ ਮੋਰ ਦੈਨ ਫੋਰ ਵਿਲ ਬੀ ਫਾਇਰਡ ਔਨ, ਰਿਸਪੈਕਟੇਬਲ ਪਰਸਨ ਸ਼ੁੱਡ ਕੀਪ ਇਨਡੋਰਸ, ਹੈਂਡਡ ਓਵਰ ਟੂ ਜੀ ਓ ਸੀ 45th ਬ੍ਰਿਗੇਡ ਬ੍ਰਿਗੇਡੀਅਰ ਜਨਰਲ ਡਾਇਰ ਐਂਡ ਸਾਈਨਡ ਬਾਏ ਦ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਐਟ ਮਿਡ ਨਾਈਟ 11th-12th April 1919। ਹੁਣ ਸ਼ਹਿਰ ਬ੍ਰਿਗੇਡੀਅਰ ਜਨਰਲ ਡਾਇਰ ਦੇ ਹੱਥਾਂ ਵਿੱਚ ਸੀ। ਉਸ ਕੋਲ 474 ਬ੍ਰਿਟਿਸ਼ ਅਤੇ 710 ਇੰਡੀਅਨ ਫੌਜੀ ਸਨ। ਗੈਰੀਸਨ ਫੋਰਸ ਅਤੇ ਸਮਰਸਟ ਲਾਈਟ ਇਨਫੈਂਟਰੀ ਦੇ 184, 12th ਐਮਨੀਸ਼ੀਅਨ ਕਾਲਮ ਦੇ 41, ਗੋਰਖਾ ਰਾਈਫਲ ਦੇ 277, ਰੋਇਲ ਸਸੈਕਸ ਰੈਜੀਮੈਂਟ 26th ਬਟਾਲੀਅਨ ਦੇ 130, ਬਖਤਰਬੰਦ ਗੱਡੀਆਂ ਵਾਲੇ 12, 124 ਬਲੋਚ ਰੈਜੀਮੈਂਟ ਦੇ 181, 25th ਲੰਡਨ ਰੈਜੀਮੈਂਟ ਦੇ 107। ਇਹ ਜਨਰਲ ਡਾਇਰ ਦੀ ਜਲੰਧਰ ਵਾਲੀ ਆਪਣੀ ਪਲਟਨ ਸੀ। 59th ਰਾਈਫਲ ਦੇ 101, 151st ਇਨਫੈਂਟਰੀ ਦੇ 130 ਅਤੇ 54 ਸਿੱਖ ਰੈਜੀਮੈਂਟ ਦੇ 21 ਜਵਾਨ ਸ਼ਾਮਲ ਸਨ। ਆਰਡਰ ਮਿਲਦਿਆਂ ਸਾਰ ਹੀ ਡਾਇਰ ਅੱਧੀ ਰਾਤ ਨੂੰ ਕੋਤਵਾਲੀ ਚਲਿਆ ਗਿਆ ਅਤੇ ਜਾ ਕੇ ਇੰਸਪੈਕਟਰ ਅਸ਼ਰਫ ਖਾਂ ਤੋਂ ਸ਼ਰਾਰਤੀ ਅਨਸਰਾਂ ਦੇ ਮੋਹਰੀਆਂ ਦੀ ਲਿਸਟ ਮੰਗੀ। ਥਾਣੇਦਾਰ ਨੇ ਤਕਰੀਬਨ 1 ਦਰਜਨ ਬੰਦਿਆਂ ਦੇ ਨਾਮ ਲਿਖੇ। ਜਨਰਲ ਡਾਇਰ ਨੇ ਸਾਰਿਆਂ ਨੂੰ ਚੱਕ ਕੇ ਥਾਣੇ ਲਿਆਉਣ ਦੇ ਹੁਕਮ ਦਿੱਤੇ ਅਤੇ ਵਾਪਸ ਰੇਲਵੇ ਸਟੇਸ਼ਨ ਮਿਲਟਰੀ ਕੰਟਰੋਲ ਰੂਮ ਜਾ ਕੇ ਅਗਲੇ ਦਿਨ ਦੀ ਤਿਆਰੀ ਵਿੱਚ ਰੁੱਝ ਗਿਆ। 12 April ਨੂੰ ਜਨਰਲ ਡਾਇਰ ਨੇ ਆਪਣਾ ਹੈੱਡਕੁਆਰਟਰ ਰੇਲਵੇ ਸਟੇਸ਼ਨ ਤੋਂ ਬਦਲ ਕੇ ਆਰਾਮ ਬਾਗ 'ਚ ਕਰ ਲਿਆ। ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਇਆ ਇਹ ਬਾਗ ਸਟੇਸ਼ਨ ਦੇ ਮੁਕਾਬਲੇ ਢੁਕਵੀਂ ਚੋਣ ਸੀ। ਇਹ ਸਵੇਰ ਲਾਹੌਰ ਤੋਂ ਭੇਜੇ ਗਏ ਇੱਕ ਹਵਾਈ ਜਹਾਜ਼ ਨੇ ਅੰਮ੍ਰਿਤਸਰ ਸ਼ਹਿਰ ਦੀ ਗਸ਼ਤ ਕਰਨ ਲਈ ਉਡਾਨ ਭਰੀ। ਪਾਇਲਟ ਨੇ ਸ਼ਹਿਰ ਵਿੱਚ ਸਭ ਥਾਈਂ ਅਮਨ ਅਮਾਨ ਹੋਣ ਬਾਰੇ ਰਿਪੋਰਟ ਭੇਜੀ। ਜਨਰਲ ਡਾਇਰ ਐਮਨੀਸ਼ਨ ਕਾਲਮ ਅਤੇ ਸਮਰਸਟ ਲਾਈਟ ਇਨਫੈਂਟਰੀ ਦੇ ਜਵਾਨਾਂ ਨੂੰ ਕਿਲ੍ਹੇ ਦੀ ਰਾਖੀ ਕਰਨ ਲਈ ਛੱਡ ਕੇ ਆਪ ਸਵੇਰੇ 10:30 ਸ਼ਹਿਰ ਵਿੱਚ ਮਾਰਚ ਕਰਨ ਲਈ ਚੱਲ ਪਿਆ। ਉਹਦੇ ਨਾਲ 125 ਬ੍ਰਿਟਿਸ਼ ਅਤੇ 310 ਇੰਡੀਅਨ ਫੌਜੀ ਸਨ ਅਤੇ 2 ਵਕਤਬੰਦ ਗੱਡੀਆਂ ਸਨ। ਜਦੋਂ ਕਾਫਲਾ ਸੁਲਤਾਨ ਬਿੰਡ ਦਰਵਾਜ਼ੇ ਕੋਲ ਪਹੁੰਚਿਆ ਤਾਂ ਉੱਥੇ ਖੜ੍ਹੇ ਕੁਝ ਮੁੰਡੇ ਫੌਜੀਆਂ ਵੱਲ ਵੇਖ ਕੇ ਥੁੱਕਣ ਲੱਗੇ। ਜਦੋਂ ਉਹਨਾਂ ਨੂੰ ਜਾਣ ਲਈ ਕਿਹਾ ਤਾਂ ਹਿੰਦੂ ਮੁਸਲਮਾਨ ਦੀ ਜੈ ਦੇ ਨਾਅਰੇ ਲਾਉਣ ਲੱਗ ਪਏ। ਜਲਿਆਂਵਾਲਾ ਬਾਗ ਦੇ ਸਾਕੇ ਦੀ ਪੜਤਾਲ ਕਰ ਰਹੇ ਹੰਟਰ ਕਮਿਸ਼ਨ ਕੋਲ ਜਨਰਲ ਡਾਇਰ ਨੇ ਮੰਨਿਆ ਕਿ ਉਸਦਾ ਦਿਲ ਕੀਤਾ ਕਿ ਗੋਲੀ ਚਲਾ ਦੇਵੇ, ਪਰ ਫਿਰ ਉਸਨੇ ਸੋਚਿਆ ਕਿ ਇੱਕ ਵਾਰ ਸਰਕਾਰੀ ਫਰਮਾਨ ਜਾਰੀ ਕਰਕੇ ਚੇਤਾਵਨੀ ਜ਼ਰੂਰ ਦੇਣੀ ਚਾਹੀਦੀ ਹੈ। ਸਰਕਾਰੀ ਫਰਮਾਨ ਜਾਰੀ ਕੀਤਾ ਗਿਆ। ਅੰਮ੍ਰਿਤਸਰ ਵਾਸੀਆਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਿਹੜੇ ਲੋਕ ਮਾਰ ਧਾੜ ਕਰਨਗੇ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਗੇ ਜਾਂ ਕਿਸੇ ਵੀ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਸ਼ਹਿਰ ਦਾ ਮਾਹੌਲ ਖਰਾਬ ਕਰਨਗੇ, ਉਹ ਸਿੱਧੇ ਤੌਰ 'ਤੇ ਅੰਮ੍ਰਿਤਸਰ ਵਿੱਚ ਪੈਦਾ ਹੋਈ ਭੜਕਾਹਟ ਲਈ ਵੀ ਜ਼ਿੰਮੇਵਾਰ ਮੰਨੇ ਜਾਣਗੇ। ਅਜਿਹੇ ਮੁਜਰਮਾਂ ਨੂੰ ਫੌਜੀ ਕਾਨੂੰਨ ਅਨੁਸਾਰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਹਰ ਕਿਸਮ ਦੇ ਜਲਸੇ, ਜਲੂਸ ਅਤੇ ਇਕੱਠ ਕਰਨ ਦੀ ਮਨਾਹੀ ਕੀਤੀ ਜਾਂਦੀ ਹੈ। ਇਕੱਠ ਹੋਣ ਦੀ ਸੂਰਤ ਵਿੱਚ ਫੌਜੀ ਕਾਨੂੰਨ ਅਧੀਨ ਹੀ ਖੰਡਾਇਆ ਜਾਵੇਗਾ। ਇਸ ਫਰਮਾਨ ਉੱਤੇ ਜਨਰਲ ਡਾਇਰ ਵੱਲੋਂ ਬ੍ਰਿਗੇਡ ਮੇਜਰ ਕੈਪਟਨ ਬ੍ਰਿਕਸ ਦੇ ਹਸਤਾਖਰ ਸਨ। ਇਹ ਫਰਮਾਨ ਦੀ ਕਾਪੀ ਕੋਤਵਾਲੀ ਵੀ ਦਿੱਤੀ ਗਈ। ਇਸ ਗੱਲ ਦੇ ਕੋਈ ਤੱਥ ਮੌਜੂਦ ਨਹੀਂ ਹਨ ਕਿ ਇਸ ਫਰਮਾਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀ ਯਤਨ ਕੀਤੇ ਗਏ। ਵਿਸਾਖੀ ਵੇਖਣ ਲਈ ਬਾਹਰੋਂ ਆਉਣ ਵਾਲੇ ਲੋਕਾਂ ਦੀਆਂ 3rd-class ਦੀਆਂ ਰੇਲਵੇ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ। ਕਾਰਨ ਇਹ ਦੱਸਿਆ ਗਿਆ ਕਿ ਬਾਹਰਲੇ ਲੋਕਾਂ ਨੂੰ ਸ਼ਹਿਰ ਦੇ ਹਾਲਾਤਾਂ ਬਾਰੇ ਅੰਦਾਜ਼ਾ ਨਹੀਂ ਹੈ। ਹਾਲਾਤਾਂ ਦਾ ਜਾਇਜ਼ਾ ਲੈਣ ਲਈ ਇੱਕ ਮੈਜਿਸਟ੍ਰੇਟ ਨੂੰ ਤਰਨ ਤਾਰਨ ਭੇਜਿਆ ਗਿਆ। ਤਹਿਸੀਲਦਾਰ ਅਜਨਾਲਾ ਨਾਲ ਵੀ ਜਾ ਕੇ ਗੱਲਬਾਤ ਕੀਤੀ ਗਈ।
ਨੇੜਲੇ ਪਿੰਡਾਂ ਦੇ ਸਰਪੰਚਾਂ ਤੋਂ ਰੇਲਵੇ ਲਾਈਨ ਦੀ ਰਖਵਾਲੀ ਲਈ ਸਹਿਯੋਗ ਮੰਗਿਆ ਗਿਆ। ਕੋਤਵਾਲੀ ਆ ਕੇ ਡਾਇਰ ਨੇ ਗ੍ਰਿਫਤਾਰ ਕੀਤੇ ਗਏ ਦੰਗਿਆਂ ਦੇ ਦੋਸ਼ੀਆਂ ਨੂੰ ਉਹਦੇ ਸਾਹਮਣੇ ਪੇਸ਼ ਕਰਨ ਲਈ ਕਿਹਾ। ਹਿੰਦੂ ਲੀਡਰ ਬੱਗਾ ਮੱਲ ਸਮੇਤ 12 ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ। ਇਹਨਾਂ ਵਿੱਚੋਂ ਕੁਝ ਨੂੰ ਉਹ ਹੱਥਕੜੀਆਂ ਲਾ ਕੇ ਆਪਣੇ ਨਾਲ ਰਾਮਬਾਗ ਲੈ ਗਿਆ। ਹੋਰ ਪੁੱਛ ਪੜਤਾਲ ਕਰਨ ਤੱਕ ਉਹਨਾਂ ਨੂੰ ਸੰਗਲ ਪਾ ਕੇ ਇੱਕ ਦਰਖਤ ਨਾਲ ਬੰਨ੍ਹ ਦਿੱਤਾ ਗਿਆ ਅਤੇ ਉਹਨਾਂ ਦੁਆਲੇ ਗੋਰਖਾ ਫੌਜ ਦਾ ਮਜ਼ਬੂਤ ਪਹਿਰਾ ਖੜਾ ਦਿੱਤਾ ਗਿਆ। ਲੈਫਟੀਨੈਂਟ ਮੈਕੈਲਮ ਨੂੰ ਹੁਕਮ ਕੀਤਾ ਕਿ ਉਹ ਵੀ ਕੁਝ ਗੋਰਿਆਂ ਨੂੰ ਨਾਲ ਲੈ ਕੇ ਕੋਤਵਾਲੀ ਪਹਿਰਾ ਦੇਵੇ ਤਾਂ ਜੋ ਭੀੜ ਫੜੇ ਗਏ ਦੋਸ਼ੀਆਂ ਨੂੰ ਛਡਾਉਣ ਦੀ ਕੋਸ਼ਿਸ਼ ਨਾ ਕਰੇ। ਇਫ ਦੈਟ ਹੈਪਨਸ MI ਟੂ ਓਪਨ ਫਾਇਰ, ਲੈਫਟੀਨੈਂਟ ਮੈਕੈਲਮ ਨੇ ਡਾਇਰ ਨੂੰ ਪੁੱਛਿਆ। ਜੇ ਇੱਦਾਂ ਹੋਇਆ ਕੀ ਮੈਂ ਗੋਲੀ ਚਲਾ ਦੇਵਾਂ? ਯੈਸ, ਜਸਟ ਯੂ ਵੈਲ ਸੀ ਦੈਟ ਯੂ ਡੂ, ਜਨਰਲ ਨੇ ਜਵਾਬ ਦਿੱਤਾ। ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਨੂੰ ਮਿਲਣ ਲਾਹੌਰ ਗਿਆ। ਕਮਿਸ਼ਨਰ ਆਫ ਡਿਵੀਜ਼ਨ ਮਿਸਟਰ AJW ਕਿਚਨ ਵਾਪਸ ਆ ਗਿਆ ਸੀ। ਉਹਨੇ ਦੱਸਿਆ ਕਿ ਉਡਵਾਇਰ ਨਾਲ ਫੋਨ 'ਤੇ ਸੰਪਰਕ ਹੋਇਆ ਸੀ, ਉਹ ਸ਼ਿਮਲੇ ਹਨ। ਉਹਨਾਂ ਨੂੰ ਸ਼ਹਿਰ ਦੀ ਹਾਲਾਤ ਤੋਂ ਜਾਣੂ ਕਰਵਾਇਆ ਗਿਆ ਹੈ। ਉਡਵਾਇਰ ਨੇ ਕਿਹਾ ਕਿ ਜੇ ਫੌਜੀਆਂ ਨੂੰ ਗੋਲੀ ਚਲਾਉਣ ਲਈ ਮਜਬੂਰ ਕੀਤਾ ਗਿਆ ਤਾਂ ਉਹ ਇੱਕ ਮਿਸਾਲ ਕਾਇਮ ਕਰ ਦੇਣ। ਇਹ ਕਤਲੇਆਮ ਤੋਂ ਇੱਕ ਦਿਨ ਪਹਿਲਾਂ 12 ਅਪ੍ਰੈਲ ਦੀ ਗੱਲ ਹੈ। ਮਾਈਕਲ ਉਡਵਾਇਰ ਨੇ ਸੰਕੇਤ ਦਿੱਤਾ ਸੀ ਕਿ ਜੇ ਮੌਕਾ ਬਣੇ ਤਾਂ ਬਹੁਤ ਸਖ਼ਤ ਐਕਸ਼ਨ ਲਿਆ ਜਾਵੇ। ਥੋੜ੍ਹੇ ਚਿਰ ਬਾਅਦ ਜਨਰਲ ਡਾਇਰ ਨੂੰ ਉੱਡਦੀ ਖਬਰ ਮਿਲੀ ਕਿ ਲਾਹੌਰ ਵਿੱਚ ਭਾਰਤੀ ਫੌਜੀਆਂ ਨੇ ਬਗਾਵਤ ਕਰ ਦਿੱਤੀ ਹੈ ਅਤੇ ਲੈਫਟੀਨੈਂਟ ਗਵਰਨਰ ਦਾ ਕਤਲ ਕਰ ਦਿੱਤਾ ਗਿਆ ਹੈ। ਪਰ ਗਵਰਨਰ ਦੇ ਦਫ਼ਤਰ ਨੇ ਇਸ ਅਫਵਾਹ ਨੂੰ ਝੂਠੀ ਕਰਾਰ ਦਿੰਦਿਆਂ ਕਿਹਾ ਕਿ ਉਡਵਾਇਰ ਪੂਰੀ ਤਰ੍ਹਾਂ ਠੀਕ ਹੈ ਅਤੇ ਲਾਹੌਰ ਵਿੱਚ ਹਾਲਾਤ ਕਾਬੂ ਵਿੱਚ ਹਨ, ਪਰ ਕਸੂਰ ਸਟੇਸ਼ਨ 'ਤੇ ਲੁੱਟ ਖੋਹ ਹੋਈ ਹੈ ਅਤੇ 2 ਗੋਰਿਆਂ ਦਾ ਕਤਲ ਕੀਤਾ ਗਿਆ ਹੈ। ਅਪ੍ਰੈਲ 12 ਨੂੰ ਢਲਦੀ ਦੁਪਹਿਰ ਸਮੇਂ ਹਜ਼ਾਰਾਂ ਲੋਕਾਂ ਦੀ ਭੀੜ ਸੱਤਿਆਗ੍ਰਹਿ ਕਮੇਟੀ ਦੇ ਇੱਕ ਆਗੂ ਡਾਕਟਰ ਬਸ਼ੀਰ ਮੁਹੰਮਦ ਦੇ ਘਰ ਦੇ ਬਾਹਰ ਇਕੱਠੀ ਹੋ ਗਈ। ਕੁਝ ਰਿਪੋਰਟਾਂ ਮੁਤਾਬਕ ਇਕੱਠ ਦੀ ਗਿਣਤੀ 20,000 ਦੱਸੀ ਗਈ ਹੈ। ਉਹਨਾਂ ਵਿੱਚੋਂ ਕੁਝ ਲੋਕ ਅਗਲੇ ਦਿਨ ਜਾਣੀ 13 ਅਪ੍ਰੈਲ ਨੂੰ ਹੜਤਾਲ ਕਰਨ ਦੇ ਹੱਕ ਵਿੱਚ ਸਨ, ਪਰ ਜੇ ਸਰਕਾਰ 10 ਤਾਰੀਖ ਨੂੰ ਕੀਤੀ ਲੁੱਟਮਾਰ ਅਤੇ ਕਤਲੋਗਾਰ ਦੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਾ ਕਰਨ ਦਾ ਯਕੀਨ ਦਿਵਾਏ ਤਾਂ ਉਹ ਹੜਤਾਲ ਦਾ ਸੱਦਾ ਰੱਦ ਕਰਨ ਲਈ ਵੀ ਸਹਿਮਤ ਸਨ। ਬਸ਼ੀਰ ਮੁਹੰਮਦ ਨੇ ਜ਼ੋਰ ਦਿੱਤਾ ਕਿ ਕਿਸੇ ਵੀ ਸੂਰਤ ਵਿੱਚ ਹੜਤਾਲ ਨਾ ਕੀਤੀ ਜਾਵੇ, ਯਕੀਨਨ ਸਰਕਾਰ ਅਜਿਹਾ ਕੋਈ ਭਰੋਸਾ ਨਹੀਂ ਦੇਵੇਗੀ, ਜੁਰਮ ਦੀ ਮੁਆਫ਼ੀ ਨਹੀਂ ਹੋ ਸਕਦੀ। ਇਸ ਤੋਂ ਬਾਅਦ ਸ਼ਾਮ ਨੂੰ ਤਕਰੀਬਨ 4:30 ਅੰਮ੍ਰਿਤਸਰ ਦੇ ਹਿੰਦੂ ਸਭਾ ਸਕੂਲ ਢਾਬ ਖਟੀਕਾਂ ਵਿੱਚ ਹੰਸਰਾਜ ਨੇ ਇੱਕ ਮੀਟਿੰਗ ਬੁਲਾਈ। ਹੰਸਰਾਜ ਦਾ ਕਹਿਣਾ ਸੀ ਕਿ ਗੋਰੀ ਸਰਕਾਰ ਨੇ ਸਾਡੇ ਲੀਡਰ ਜੇਲ੍ਹ 'ਚ ਬੰਦ ਕਰ ਦਿੱਤੇ ਹਨ, ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਆਪ ਲੀਡਰ ਬਣ ਕੇ ਤੁਰੀਏ। ਉਹਨੇ ਐਲਾਨ ਕੀਤਾ ਕਿ ਕੱਲ੍ਹ ਨੂੰ ਇੱਕ ਜਲਸਾ ਜਲ੍ਹਿਆਂਵਾਲੇ ਬਾਗ ਵਿੱਚ ਹੋਵੇਗਾ, ਜਿਸ ਦੀ ਅਗਵਾਈ ਲਾਲਾ ਕਨ੍ਹੱਈਆ ਲਾਲ ਕਰਨਗੇ। ਉੱਥੇ ਡਾਕਟਰ ਕਿਚਲੂ ਅਤੇ ਡਾਕਟਰ ਸਤਪਾਲ ਵੱਲੋਂ ਲਿਖੀਆਂ ਚਿੱਠੀਆਂ ਵੀ ਪੜ੍ਹ ਕੇ ਸੁਣਾਈਆਂ ਜਾਣਗੀਆਂ। ਵਰਣਨਯੋਗ ਹੈ ਕਿ ਸਾਕੇ ਤੋਂ ਬਾਅਦ ਹੋਈ ਪੜਤਾਲ ਵਿੱਚ ਇਹ ਸੱਚ ਸਾਹਮਣੇ ਆਇਆ ਕਿ ਅਸਲ ਵਿੱਚ ਲਾਲਾ ਕਨ੍ਹੱਈਆ ਲਾਲ ਵੱਲੋਂ ਜਲ੍ਹਿਆਂਵਾਲੇ ਬਾਗ ਦਾ ਜਲਸਾ ਬੁਲਾਉਣ ਜਾਂ ਪ੍ਰਧਾਨਗੀ ਕਰਨ ਬਾਰੇ ਕੋਈ ਹਾਮੀ ਨਹੀਂ ਸੀ ਭਰੀ ਗਈ। ਇਹ ਸਭ ਹੰਸਰਾਜ ਦਾ ਹੀ ਕੀਤਾ ਕਰਾਇਆ ਸੀ। ਹੰਸਰਾਜ 10 ਤਾਰੀਖ ਨੂੰ ਹੋਏ ਜਾਨੀ ਮਾਲੀ ਨੁਕਸਾਨ ਤੋਂ ਬਾਅਦ ਵੀ ਢਹਿਲਾ ਨਹੀਂ ਸੀ ਪਿਆ, ਬਲਕਿ ਲੋਕਾਂ ਵਿੱਚ ਹੋਰ ਕੁਰਬਾਨੀਆਂ ਲਈ ਜੋਸ਼ ਭਰ ਰਿਹਾ ਸੀ। ਉਸਨੇ ਮੀਟਿੰਗ ਵਿੱਚ ਵਲੰਟੀਅਰਾਂ ਦੀ ਮੰਗ ਕੀਤੀ ਤਾਂ ਜੋ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਬੰਦਿਆਂ ਦੇ ਨਾਮਾਂ ਦੀ ਸੂਚੀ ਬਣਾਈ ਜਾਵੇ ਅਤੇ ਕੱਲ੍ਹ ਹੋਣ ਵਾਲੇ ਜਲ੍ਹਿਆਂਵਾਲੇ ਬਾਗ ਦੇ ਜਲਸੇ ਵਿੱਚ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਸਕੇ। ਇਸ ਦਿਨ ਛੇਹਰਟਾ ਤੋਂ ਅੰਮ੍ਰਿਤਸਰ, ਖਾਸਾ ਤੋਂ ਗੁਰੂਸਰ ਅਤੇ ਖਾਸਾ ਤੋਂ ਛੇਹਰਟਾ ਵਿਚਾਲੇ ਟੈਲੀਗ੍ਰਾਫ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਅੱਧੀ ਰਾਤ ਦੇ ਨੇੜ ਛੇਹਰਟਾ ਤੋਂ ਖਾਸਾ ਦੇ ਵਿਚਾਲੇ ਰੇਲਵੇ ਪਟੜੀ ਵੀ ਤੋੜ ਦਿੱਤੀ ਗਈ। 13 ਅਪ੍ਰੈਲ 1919 ਦਾ ਦਿਨ ਇੱਕ ਸੂਹੀ ਸਵੇਰ ਵਾਂਗ ਚੜ੍ਹਿਆ। ਰਾਮਬਾਗ ਹੈੱਡਕੁਆਰਟਰ ਵਿੱਚ ਚਰਚ ਪਰੇਡ ਦੀ ਸਮਾਪਤੀ ਹੋ ਰਹੀ ਸੀ। ਜਨਰਲ ਡਾਇਰ ਨੇ ਹਾਜ਼ਰੀਨਾਂ ਨਾਲ ਬੀਤੀ 10 ਅਪ੍ਰੈਲ ਨੂੰ ਹੋਏ ਕਤਲਾਂ ਅਤੇ ਮਿਸ ਮਾਰਸ਼ੈਲਾ ਸ਼ੇਰਵੁੱਡ 'ਤੇ ਹੋਏ ਹਮਲੇ ਬਾਰੇ ਕੁਝ ਗੱਲਾਂ ਕੀਤੀਆਂ। ਜਨਰਲ ਡਾਇਰ ਨੂੰ ਬੀਤੀ ਰਾਤ ਤਰਨ ਤਾਰਨ ਵਿੱਚ ਹੋਈ ਮਾਮੂਲੀ ਝੜਪ ਅਤੇ ਅੰਮ੍ਰਿਤਸਰ ਸ਼ਹਿਰ ਵਿੱਚ ਅੱਜ ਸਵੇਰੇ ਹੋ ਰਹੀ ਹਲਚਲ ਬਾਰੇ ਜਾਣਕਾਰੀ ਦਿੱਤੀ ਗਈ। ਦਾਅਵਾ ਕੀਤਾ ਗਿਆ ਕਿ ਉਸ ਸਵੇਰ ਲੋਕਾਂ ਦਾ ਇੱਕ ਵੱਡਾ ਝੁੰਡ ਲੁੱਟਮਾਰ ਦੀ ਤਿਆਰੀ ਨਾਲ ਫਿਰਦਾ ਸੀ।
ਕੁਝ ਲੋਕਾਂ ਕੋਲ ਲੁੱਟ ਦਾ ਸਮਾਨ ਲੱਦਣ ਵਾਸਤੇ ਰੇਹੜੀਆਂ ਵੀ ਸਨ। ਇਹ ਦਾਅਵਾ ਦਾ ਅੰਮ੍ਰਿਤਸਰ ਮਾਸਕੇਅਰ ਦੇ ਲਿਖਾਰੀ ਐਡਫਲੈਟ ਡਰੈਪਰ ਨੇ ਕੀਤਾ ਹੈ। ਜਨਰਲ ਡਾਇਰ ਨੇ ਆਪਣੀ ਫੋਰਸ ਦਾ ਮੁਆਇਨਾ ਕੀਤਾ। ਰੋਇਲ ਸਸੈਕਸ ਰੈਜੀਮੈਂਟ 26 ਬਟਾਲੀਅਨ ਦੇ 130 ਜਵਾਨ ਲਾਹੌਰ ਵਾਪਸ ਬੁਲਾ ਲਏ ਗਏ ਸਨ। ਡਿਵੀਜ਼ਨਲ ਕਮਾਂਡਰ ਜਨਰਲ ਸਰ ਵਿਲੀਅਮ ਬੇਨਾਨ ਨੇ ਮੇਜਰ ਮੈਕਡੋਨਲਡ ਨੂੰ ਵਾਪਸ ਬੁਲਾ ਲਿਆ ਸੀ ਅਤੇ ਉਹਦੀ ਜਗ੍ਹਾ ਲੈਫਟੀਨੈਂਟ ਕਰਨਲ ਮੋਰਗਨ ਨੂੰ ਅੰਮ੍ਰਿਤਸਰ ਭੇਜਿਆ ਗਿਆ। DIG ਮੇਜਰ ਮੈਕਡੋਨਲਡ 10 ਤਾਰੀਖ ਦੀ ਰਾਤ ਨੂੰ ਅੰਮ੍ਰਿਤਸਰ ਆਏ ਸਨ, ਪਰ ਉਹਨਾਂ ਉੱਤੇ ਸ਼ਰਾਰਤੀ ਅਨਸਰਾਂ ਪ੍ਰਤੀ ਰਵੱਈਆ ਨਰਮ ਰੱਖਣ ਅਤੇ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਨਾਕਾਮ ਰਹਿਣ ਦੇ ਦੋਸ਼ ਲਾਏ ਗਏ। ਉਹਨਾਂ ਦੀ ਸ਼ਿਕਾਇਤ ਕਮਿਸ਼ਨਰ ਆਫ ਡਿਵੀਜ਼ਨ ਮਿਸਟਰ AJW ਕਿਚਨ ਨੇ ਆਪ ਅਡਵਾਇਰ ਕੋਲ ਕੀਤੀ ਸੀ। ਖੈਰ, ਲਾਹੌਰ ਤੋਂ ਕਰਨਲ ਮੋਰਗਨ ਨਾਲ ਆਏ ਫੌਜੀਆਂ ਨੂੰ ਮਿਲਾ ਕੇ ਹੁਣ ਬਚਦੇ ਸਨ 407 ਬ੍ਰਿਟਿਸ਼ ਅਤੇ 739 ਇੰਡੀਅਨ। ਇਹਨਾਂ ਵਿੱਚੋਂ 399 ਬ੍ਰਿਟਿਸ਼ ਅਤੇ 382 ਇੰਡੀਅਨ ਫੌਜੀਆਂ ਦੀਆਂ ਡਿਊਟੀਆਂ ਇਸ ਤਰ੍ਹਾਂ ਲਾਈਆਂ ਗਈਆਂ। ਬ੍ਰਿਟਿਸ਼ ਫੌਜੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ 37, ਹਾਲ ਬ੍ਰਿਜ ਅਤੇ ਫੁੱਟਬ੍ਰਿਜ 'ਤੇ 11, ਤਰਨ ਤਾਰਨ ਭੇਜੇ ਗਏ 22, ਆਰਮਰ ਟ੍ਰੇਨ ਲਈ 43, ਗੋਬਿੰਦਗੜ੍ਹ ਦੇ ਕਿਲੇ 86 ਅਤੇ ਕੈਂਟੋਨਮੈਂਟ ਵਿੱਚ 190 ਇੰਡੀਅਨ ਫੌਜੀਆਂ ਦੀ ਤਾਇਨਾਤੀ ਇਸ ਤਰ੍ਹਾਂ ਕੀਤੀ ਗਈ। ਤਰਨ ਤਾਰਨ ਭੇਜੇ 34, ਧਾਰੀਵਾਲ 26, ਅਟਾਰੀ 40, ਟ੍ਰੇਨ ਐਸਕੋਟ ਲਈ 80, ਰੇਲ ਪੱਟੀ ਐਸਕੋਟ ਲਈ 10, ਕੰਸਟਰਕਸ਼ਨ ਟ੍ਰੇਨ ਲਈ 10, ਰੇਲਵੇ ਹਾਊਸ ਲਈ 40, ਸ਼ਹਿਰ ਦੀਆਂ ਹੋਰ ਮਹੱਤਵਪੂਰਨ ਥਾਵਾਂ 'ਤੇ 132 ਅਤੇ ਕੋਤਵਾਲੀ ਵਿੱਚ 50। ਜਨਰਲ ਡਾਇਰ ਨੇ ਤਕੜੀ ਫੋਰਸ ਨਾਲ ਸ਼ਹਿਰ ਦਾ ਚੱਕਰ ਲਾਉਣ ਦਾ ਫੈਸਲਾ ਲਿਆ ਅਤੇ ਨਾਲ ਹੀ ਕੈਪਟਨ ਬ੍ਰਿਕਸ ਨੂੰ ਇੱਕ ਸਰਕਾਰੀ ਫਰਮਾਨ ਲਿਖਣ ਬਾਰੇ ਕਿਹਾ ਗਿਆ। ਕੈਪਟਨ ਬ੍ਰਿਕਸ ਨੇ ਫਰਮਾਨ ਲਿਖਿਆ ਅਤੇ ਜਨਰਲ ਡਾਇਰ ਨੇ ਖੁਦ ਇਸ ਦੀ ਸ਼ਬਦਾਵਲੀ ਚੈੱਕ ਕਰਕੇ ਸਹਿਮਤੀ ਦਿੱਤੀ। ਫਿਰ ਇਹ ਫਰਮਾਨ ਉਰਦੂ ਅਲੱਥਾ ਕਰਨ ਲਈ ਡਿਪਟੀ ਕਮਿਸ਼ਨਰ ਮਾਇਲ ਇਰਵਿੰਗ ਨੂੰ ਸੌਂਪਿਆ ਗਿਆ। ਇਰਵਿੰਗ ਨੇ ਇਸ ਫਰਮਾਨ ਵਿੱਚ ਬਹੁਤ ਛੋਟੀ ਪਰ ਇੱਕ ਅਤਿ ਜ਼ਰੂਰੀ ਸੋਧ ਕੀਤੀ। ਉਸਨੇ ਇਸ ਫਰਮਾਨ ਦੇ ਐਨ ਅਖੀਰ ਵਿੱਚ ਦੋ ਸ਼ਬਦ ਇਫ ਨੈਸੈਸਰੀ ਭਾਵ ਜੇ ਜ਼ਰੂਰਤ ਪਈ ਲਿਖ ਦਿੱਤੇ। ਸਵੇਰੇ 9 ਵਜੇ ਦੇ ਕਰੀਬ ਜਨਰਲ ਡਾਇਰ ਵੱਡੀ ਫੌਜੀ ਟੁਕੜੀ ਨਾਲ ਸਰਕਾਰੀ ਫਰਮਾਨ ਦੀ ਮੁਨਿਆਦੀ ਕਰਵਾਉਣ ਅਤੇ ਸ਼ਹਿਰ ਦੇ ਤਾਜ਼ਾ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਰਾਮਬਾਗ ਵਿੱਚੋਂ ਨਿਕਲਿਆ। ਕਾਫਲੇ ਦੀ ਅਗਵਾਈ ਇੱਕ ਮਖਤਰਬੰਦ ਗੱਡੀ ਕਰ ਰਹੀ ਸੀ। ਸਿਟੀ ਸੁਪਰਡੈਂਟ ਅਸ਼ਰਫ ਖਾਨ ਅਤੇ ਸਬ ਇੰਸਪੈਕਟਰ ਅਵੈਦੁੱਲਾ ਦੋਵੇਂ ਘੋੜਿਆਂ 'ਤੇ ਸਵਾਰ ਸਨ। ਉਹਨਾਂ ਦੇ ਪਿੱਛੇ ਨਾਇਬ ਤਹਿਸੀਲਦਾਰ ਮਲਕ ਫਤਿਹ ਖਾਨ ਬੰਬੂਕਾਟ 'ਤੇ ਸਵਾਰ ਸੀ। ਬੰਬੂਕਾਟ ਦੀ ਪਿਛਲੀ ਸੀਟ ਉੱਤੇ ਇੱਕ ਢੋਲੀ ਬੈਠਾ ਸੀ ਜੋ ਉੱਚੀ ਉੱਚੀ ਢੋਲ ਵਜਾਉਂਦਾ ਜਾ ਰਿਹਾ ਸੀ। ਉਹਨਾਂ ਦੇ ਪਿੱਛੇ ਪੈਦਲ ਫੌਜੀਆਂ ਦਾ ਇੱਕ ਦਸਤਾ ਸੀ। ਉਹਦੇ ਪਿੱਛੇ ਇੱਕ ਕਾਰ ਵਿੱਚ ਜਨਰਲ ਡਾਇਰ ਅਤੇ ਡਿਪਟੀ ਕਮਿਸ਼ਨਰ ਇਰਵਿੰਗ ਅਤੇ ਦੋ ਹੋਰ ਅਧਿਕਾਰੀ, ਸੁਪਰਡੈਂਟ ਆਫ ਪੁਲਿਸ ਮਿਸਟਰ JF ਰੀਹਲ, ਜੋ ਡਾਕਟਰ ਕਿਚਲੂ ਨੂੰ ਧਰਮਸ਼ਾਲਾ ਤੋਂ ਛੱਡ ਕੇ ਵਾਪਸ ਆ ਗਿਆ ਸੀ, ਅਤੇ ਡਿਪਟੀ ਸੁਪਰਡੈਂਟ ਮਿਸਟਰ ਪਲੂਮਰ ਬੈਠੇ ਸਨ। ਜਨਰਲ ਡਾਇਰ ਨੇ ਲੈਫਟੀਨੈਂਟ ਕਰਨਲ ਮੋਰਗਨ ਨੂੰ ਇਹ ਕਹਿ ਕੇ ਰਾਮਬਾਗ ਛੱਡ ਦਿੱਤਾ ਸੀ ਕਿ ਜੇ ਅਸੀਂ ਦੁਪਹਿਰ 2 ਵਜੇ ਤੱਕ ਵਾਪਸ ਨਾ ਮੁੜੀਏ ਤਾਂ ਤੂੰ ਸਾਡੀ ਦੇਖ ਰੇਖ ਕਰਨ ਲਈ ਰਿਜ਼ਰਵ ਫੌਜ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਆ ਜਾਵੇਂ। ਜਨਰਲ ਡਾਇਰ ਦਾ ਇਹ ਫੌਜੀ ਕਾਫਲਾ ਗਲੀਆਂ 'ਚੋਂ ਗੁਜ਼ਰਦਾ ਹੋਇਆ ਭੀੜ ਦੇ ਅੱਡਿਆਂ, ਚੌਂਕ ਚੁਰਾਹਿਆਂ ਵਿੱਚ ਬੁਨਿਆਦੀ ਕਰਦਾ ਜਾ ਰਿਹਾ ਸੀ। ਸਰਕਾਰੀ ਫਰਮਾਨ 'ਚ ਲਿਖਿਆ ਸੀ, ਹਰ ਆਮ ਅਤੇ ਖਾਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਸ਼ਹਿਰ ਦੇ ਕਿਸੇ ਵੀ ਵਸਨੀਕ ਨੂੰ ਪੈਦਲ ਜਾਂ ਆਪਣੀ ਜਾਂ ਕਿਰਾਏ ਦੀ ਸਵਾਰੀ ਰਾਹੀਂ ਹੇਠ ਲਿਖੇ ਅਫਸਰਾਂ ਦੀ ਇਜਾਜ਼ਤ ਬਗੈਰ ਸ਼ਹਿਰ ਤੋਂ ਬਾਹਰ ਜਾਣ ਦੀ ਸਖ਼ਤ ਮਨਾਹੀ ਹੈ। ਡਿਪਟੀ ਕਮਿਸ਼ਨਰ ਮਿਸਟਰ ਮਾਇਲ ਇਰਵਿੰਗ, ਸੁਪਰਡੈਂਟ ਆਫ ਪੁਲਿਸ ਮਿਸਟਰ ਰੀਹਲ, ਅਸਿਸਟੈਂਟ ਕਮਿਸ਼ਨਰ ਮਿਸਟਰ ਵੈਕਟ, ਮਿਸਟਰ ਕੋਨਰ, ਮਿਸਟਰ ਸੇਮੋਰ ਅਤੇ ਅਜਹਰ ਮੁਹੰਮਦ ਹੁਸੈਨ ਤਿੰਨੇ ਸਿਟੀ ਮੈਜਿਸਟਰੇਟ ਅਤੇ ਪੁਲਿਸ ਅਫਸਰ ਇੰਚਾਰਜ ਸਿਟੀ ਕੋਤਵਾਲੀ। 8 ਵਜੇ ਸ਼ਾਮ ਤੋਂ ਮਗਰੋਂ ਕੋਈ ਵੀ ਸ਼ਹਿਰੀ ਆਪਣੇ ਘਰ ਤੋਂ ਬਾਹਰ ਪੈਰ ਨਹੀਂ ਰੱਖੇਗਾ। 8 ਵਜੇ ਸ਼ਾਮ ਤੋਂ ਮਗਰੋਂ ਸ਼ਹਿਰ ਜਾਂ ਗਲੀ ਮੁਹੱਲੇ ਵਿੱਚ ਨਜ਼ਰ ਆਉਣ ਵਾਲੇ ਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ। ਸ਼ਹਿਰ ਦੇ ਅੰਦਰ ਜਾਂ ਬਾਹਰ ਕਿਸੇ ਵੀ ਵੇਲੇ, ਕਿਸੇ ਵੀ ਥਾਂ, ਕਿਸੇ ਵੀ ਪ੍ਰਕਾਰ ਦੇ ਜਲੂਸ ਕੱਢੇ ਜਾਣ ਦੀ ਮਨਾਹੀ ਹੈ। ਅਜਿਹਾ ਕੋਈ ਜਲੂਸ ਜਾਂ 4 ਬੰਦਿਆਂ ਤੋਂ ਵਧੇਰੇ ਦਾ ਇਕੱਠ ਕਾਨੂੰਨ ਦੇ ਖਿਲਾਫ਼ ਸਮਝਿਆ ਜਾਵੇਗਾ ਅਤੇ ਜੇ ਲੋੜ ਪਈ ਤਾਂ ਗੋਲੀ ਨਾਲ ਖੰਡਾਇਆ ਜਾਵੇਗਾ।
ਇਹ ਜੇ ਲੋੜ ਪਈ ਤਾਂ ਸ਼ਬਦ ਡਿਪਟੀ ਕਮਿਸ਼ਨਰ ਇਰਵਿੰਗ ਨੇ ਸ਼ਾਮਲ ਕੀਤੇ ਸਨ। ਜਦੋਂ ਕਾਫਲਾ ਰੁਕਦਾ ਤਾਂ ਨਾਇਬ ਤਹਿਸੀਲਦਾਰ ਮਲਕ ਫਤਿਹ ਖਾਨ ਅੰਗਰੇਜ਼ੀ ਅਤੇ ਉਰਦੂ ਵਿੱਚ ਫੁਰਮਾਨ ਪੜ੍ਹਦਾ ਅਤੇ ਮਗਰੋਂ ਪੰਜਾਬੀ ਵਿੱਚ ਇਸਦਾ ਉਲੱਥਾ ਕਰਦਾ। ਫੁਰਮਾਨ ਦੀਆਂ ਉਰਦੂ ਵਿੱਚ ਛਾਪੀਆਂ ਕਾਪੀਆਂ ਵੀ ਵੰਡੀਆਂ ਜਾਂਦੀਆਂ। ਫੁਰਮਾਨ ਤੋਂ ਅਜਿਹਾ ਕੋਈ ਅੰਦਾਜ਼ਾ ਨਹੀਂ ਸੀ ਲੱਗਦਾ ਕਿ ਸ਼ਹਿਰ ਮਾਰਸ਼ਲ ਲਾਅ ਦੇ ਅਧੀਨ ਹੈ, ਕਿਉਂਕਿ ਇਜਾਜ਼ਤ ਦੇਣ ਵਾਲੇ ਜਿਨ੍ਹਾਂ ਅਫਸਰਾਂ ਦੇ ਨਾਮ ਫੁਰਮਾਨ ਉੱਤੇ ਲਿਖੇ ਸਨ ਉਹ ਸਾਰੇ ਸਿਵਲ ਮਹਿਕਮੇ ਨਾਲ ਸੰਬੰਧਿਤ ਸਨ। ਮਾਸਟਰ ਐਟ ਅੰਮ੍ਰਿਤਸਰ ਵਿੱਚ ਰੁਪਰਟ ਫਰਨੋਕਸ ਡਾਇਰ ਦੇ ਹਵਾਲੇ ਨਾਲ ਲਿਖਦਾ ਹੈ ਕਿ ਲੋਕ ਹੱਸ ਰਹੇ ਸਨ, ਉਹਨਾਂ ਦਾ ਵਿਹਾਰ ਚੰਗਾ ਨਹੀਂ ਸੀ। ਸਾਕੇ ਦੀ ਪੜਤਾਲ ਸਮੇਂ ਮਲਕ ਫਤਿਹ ਖਾਨ ਨੇ ਹੰਟਰ ਕਮਿਸ਼ਨ ਨੂੰ ਦੱਸਿਆ ਕਿ ਲੋਕ ਸਾਨੂੰ ਵੇਖ ਕੇ ਥੁੱਕ ਰਹੇ ਸਨ। ਸਬ ਇੰਸਪੈਕਟਰ ਅਵੈਦੁੱਲਾ ਨੇ ਗਵਾਹੀ ਦਿੱਤੀ ਕਿ ਉਸਨੇ ਸੁਣਿਆ ਸੀ ਕਿ ਲੋਕ ਕਹਿ ਰਹੇ ਸਨ ਕਿ ਅਸੀਂ ਇਕੱਠ ਕਰਾਂਗੇ, ਤੁਸੀਂ ਗੋਲੀ ਚਲਾ ਲਿਓ। ਸਹਾਇਕਾਂ ਨੇ ਡਾਇਰ ਨੂੰ ਦੱਸਿਆ ਕਿ ਲੋਕ ਕਹਿੰਦੇ ਹਨ ਇਹ ਐਵੇਂ ਭਕਾਈ ਮਾਰਦੇ ਹਨ, ਗੋਲੀ ਨਹੀਂ ਚਲਾਉਣਗੇ। ਡਾਕਟਰ ਫਾਰੂਕ ਨੇ ਗਵਾਹੀ ਦੌਰਾਨ ਦੱਸਿਆ ਕਿ ਉਹਨੇ ਸੁਣਿਆ ਸੀ ਲੋਕ ਲਲਕਾਰ ਰਹੇ ਸਨ ਕਿ ਅਸੀਂ ਇਕੱਠ ਕਰਾਂਗੇ, ਤੁਸੀਂ ਜੋ ਕਰਨਾ ਕਰ ਲਿਓ। ਕਈ ਜਗ੍ਹਾ ਲੋਕ ਇਹ ਕਹਿੰਦੇ ਵੀ ਸੁਣੇਗਾ ਕਿ ਡਰਨ ਦੀ ਲੋੜ ਨਹੀਂ ਹੈ, ਅੰਗਰੇਜ਼ੀ ਰਾਜ ਦਾ ਅੰਤ ਆ ਗਿਆ ਹੈ। ਬੁੱਚੜ ਆਪ ਅੰਮ੍ਰਿਤਸਰ ਦਾ ਲਿਖਾਰੀ ਵੀ ਲੋਕਾਂ ਦੇ ਇਸ ਵਿਹਾਰ ਦੀ ਪੁਸ਼ਟੀ ਕਰਦੇ ਲਿਖਦਾ ਹੈ ਕਿ ਇੱਧਰ ਜਨਰਲ ਡਾਇਰ ਦਾ ਕਾਫਲਾ ਬੁਨਿਆਦੀ ਕਰਦਾ ਅੱਗੇ ਵੱਧ ਰਿਹਾ ਸੀ ਅਤੇ ਦੂਜੇ ਪਾਸੇ ਡਾਇਰ ਦੇ ਕਾਫਲੇ ਦੇ ਪਿੱਛੇ ਪਿੱਛੇ ਗੁਰਾਂ ਦਿੱਤਾ ਬਾਣੀਆਂ ਅਤੇ ਬੱਲੋ ਹਲਵਾਈ ਨਾਮ ਦੇ ਦੋ ਬੰਦੇ ਕੁਝ ਹੋਰ ਲੋਕਾਂ ਦੇ ਝੁੰਡ ਨਾਲ ਮਿੱਟੀ ਦੇ ਤੇਲ ਵਾਲਾ ਖਾਲੀ ਪੀਪਾ ਖੜਕਾ ਕੇ ਆਪਣੀ ਬੁਨਿਆਦੀ ਕਰੀ ਜਾ ਰਹੇ ਸਨ। ਉਹ ਕਹਿ ਰਹੇ ਸਨ ਕਿ ਅੱਜ ਦੁਪਹਿਰੋਂ ਬਾਅਦ ਜਲਿਆਂਵਾਲਾ ਬਾਗ ਵਿਖੇ ਇੱਕ ਜਲਸਾ ਹੋਵੇਗਾ। ਇੰਸਪੈਕਟਰ ਅਵੈਦੁੱਲਾ ਖਾਨ ਨੇ ਇਹ ਸੁਣਿਆ ਤਾਂ ਉਹਨਾਂ ਨੂੰ ਕਹਿਣ ਲੱਗਾ ਕਿ ਜੇ ਉਹ ਗੈਰ ਕਾਨੂੰਨੀ ਤਰੀਕੇ ਨਾਲ ਇਕੱਠੇ ਹੋਏ ਤਾਂ ਉੱਥੇ ਗੋਲੀ ਚੱਲ ਸਕਦੀ ਹੈ। ਅੱਗਿਓਂ ਉਹਨਾਂ ਜਵਾਬ ਦਿੱਤਾ ਕਿ ਅਸੀਂ ਇਕੱਠ ਕਰਾਂਗੇ, ਤੁਸੀਂ ਗੋਲੀ ਚਲਾ ਲਿਓ। ਇਸ ਦਿਨ 7 ਹੋਰ ਗ੍ਰਿਫਤਾਰੀਆਂ ਤਾਂ ਕੀਤੀਆਂ ਪਰ ਪੀਪਾ ਖੜਕਾਉਣ ਵਾਲਿਆਂ ਜਾਂ ਹੰਸਰਾਜ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕੋਈ 12:40 'ਤੇ ਜਦੋਂ ਕਾਫਲਾ ਮਜੀਠ ਮੰਦਰ ਕੋਲ ਪਹੁੰਚਿਆ ਤਾਂ ਜਨਰਲ ਨੇ ਡਿਪਟੀ ਸੁਪਰਡੈਂਟ ਮਿਸਟਰ ਪਲੋਮਰ ਨੂੰ ਕਿਹਾ ਕਿ ਧੁੱਪ ਬਹੁਤ ਹੋ ਗਈ ਹੈ, ਮੇਰੇ ਫੌਜੀਆਂ ਨੂੰ ਗਰਮੀ ਲੱਗਦੀ ਹੋਵੇਗੀ। ਉਸਨੇ ਪਲੋਮਰ ਨੂੰ ਵਾਪਸ ਰਾਮਬਾਗ ਮੁੜ ਜਾਣ ਲਈ ਕਿਹਾ। ਪਲੋਮਰ ਨੇ ਮੋਟਰ ਕਾਰ ਲੋਹਗੜ੍ਹ ਦਰਵਾਜ਼ੇ ਵੱਲ ਮੁੜ ਲਈ। ਇਹ ਕਾਫਲਾ 19 ਥਾਵਾਂ 'ਤੇ ਮਨਿਆਦੀ ਕਰਨ ਲਈ ਰੁਕਿਆ। 1,60,000 ਦੀ ਵੱਡੀ ਆਬਾਦੀ ਵਾਲੇ ਸ਼ਹਿਰ ਲਈ ਇਹ ਨਾ ਕਾਫੀ ਸੀ। ਹੋਰ ਹੈਰਾਨੀ ਦੀ ਗੱਲ ਇਹ ਸੀ ਕਿ ਸ਼ਹਿਰ ਦੀ ਬੁੱਕਲ ਵਿੱਚ ਬਣੇ ਸ਼੍ਰੀ ਦਰਬਾਰ ਸਾਹਿਬ ਅਤੇ ਜਲਿਆਂਵਾਲਾ ਬਾਗ ਦੇ ਇਲਾਕੇ ਵਿੱਚ ਇਹ ਕਾਫਲਾ ਪਹੁੰਚਿਆ ਹੀ ਨਹੀਂ। ਜਦੋਂ ਬਾਅਦ ਵਿੱਚ ਹੰਟਰ ਕਮਿਸ਼ਨ ਨੇ ਜਨਰਲ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਸ਼ਹਿਰ ਦੀ ਭੂਗੋਲਿਕ ਜਾਣਕਾਰੀ ਨਾ ਹੋਣ ਦਾ ਬਹਾਨਾ ਲਾ ਦਿੱਤਾ। ਮੰਨਿਆ ਕਿ ਬਾਗ ਉਦੋਂ ਤੱਕ ਇੱਕ ਸਿਰਫ ਖਾਲੀ ਵੀਰਾਨ ਜਗ੍ਹਾ ਤੋਂ ਵੱਧ ਕੋਈ ਮਹੱਤਤਾ ਨਹੀਂ ਸੀ ਰੱਖਦਾ, ਪਰ ਜੇ ਵਾਕਈ ਲੋਕਾਂ ਤੱਕ ਗੰਭੀਰਤਾ ਨਾਲ ਫਰਮਾਨ ਪਹੁੰਚਦਾ ਕਰਨਾ ਸੀ ਤਾਂ ਦਰਬਾਰ ਸਾਹਿਬ ਕੋਲ ਜ਼ਰੂਰ ਬੁਨਿਆਦੀ ਕੀਤੀ ਜਾਣੀ ਚਾਹੀਦੀ ਸੀ, ਜੋ ਨਹੀਂ ਕੀਤੀ ਗਈ। ਵਿਸਾਖੀ ਦਾ ਪਵਿੱਤਰ ਦਿਹਾੜਾ ਹੋਣ ਕਰਕੇ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ। ਖੁਫੀਆ ਪੁਲਿਸ ਦੇ ਬੰਦੇ ਲੋਕਾਂ ਵਿੱਚ ਰਲੇ ਹੋਏ ਸਨ। ਸਿਵਲ ਵਰਦੀ ਵਿੱਚ CID ਇੰਸਪੈਕਟਰ ਜਵਾਹਰ ਲਾਲ ਖੁਦ ਜਲਿਆਂਵਾਲਾ ਬਾਗ ਵਿੱਚ ਮੌਜੂਦ ਸੀ। CID ਦੇ ਇੱਕ ਆਦਮੀ ਨੇ ਸੁਪਰਡੈਂਟ ਆਫ ਪੁਲਿਸ ਮਿਸਟਰ ਰੀਹਲ ਕੋਲ ਸੂਚਨਾ ਭੇਜੀ ਕਿ ਸਰਕਾਰੀ ਚੇਤਾਵਨੀ ਦੇ ਬਾਵਜੂਦ ਲੋਕ 4:30 ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋ ਰਹੇ ਹਨ। ਰੀਹਲ ਨੇ 1:30 ਇਹ ਖਬਰ ਜਨਰਲ ਡਾਇਰ ਤੱਕ ਭਿਜਵਾ ਦਿੱਤੀ। ਜਨਰਲ ਡਾਇਰ ਆ ਰਹੇ ਸਮੇਂ ਨਾਲ ਨਜਿੱਠਣ ਲਈ ਘਾੜਤਾਂ ਘੜਨ ਲੱਗ ਪਿਆ। ਜਲਸੇ ਦੀ ਥਾਂ ਅਤੇ ਸਮੇਂ ਬਾਰੇ ਪੱਕੀ ਇਤਲਾਹ ਮਿਲ ਜਾਣ ਦੇ ਬਾਵਜੂਦ ਵੀ ਜਨਰਲ ਡਾਇਰ ਨੇ ਜਲਿਆਂਵਾਲਾ ਬਾਗ ਦੇ ਮੂਹਰੇ ਕੋਈ ਨੋਟਿਸ ਜਾਂ ਇਸ਼ਤਿਹਾਰ ਲਾ ਕੇ ਚੇਤਾਵਨੀ ਦੇਣਾ ਜ਼ਰੂਰੀ ਨਹੀਂ ਸਮਝਿਆ। ਉਲਟਾ 2:00 ਦੇ ਕਰੀਬ ਸ਼ਹਿਰੋਂ ਬਾਹਰ ਹਰ ਸਾਲ ਵਿਸਾਖੀ ਮੌਕੇ ਲੱਗਣ ਵਾਲਾ ਪਸ਼ੂ ਮੇਲਾ ਧੱਕੇ ਨਾਲ ਬੰਦ ਕਰਵਾ ਦਿੱਤਾ ਗਿਆ। ਪਿੰਡਾਂ ਦੇ ਭੋਲੇ ਭਾਲੇ ਕਿਸਾਨ ਜੋ ਮੇਲੇ ਵਿੱਚ ਸ਼ਿਰਕਤ ਕਰਦੇ ਸਨ ਤੁਰਦੇ ਫਿਰਦੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਲੱਗੇ। ਉਹਨਾਂ 'ਚੋਂ ਕੁਝ ਜਾਂਦੇ ਜਾਂਦੇ ਇਕੱਠ ਵੇਖ ਕੇ ਜਲਿਆਂਵਾਲਾ ਬਾਗ ਰੁਕ ਗਏ। ਇਹ ਲੋਕ ਸ਼ਹਿਰ ਦੇ ਤਾਜ਼ਾ ਹਾਲਾਤਾਂ ਅਤੇ ਜਨਰਲ ਡਾਇਰ ਦੀ ਕਿਸੇ ਚੇਤਾਵਨੀ ਤੋਂ ਪੂਰੀ ਤਰ੍ਹਾਂ ਅਣਜਾਣ ਸਨ। ਉਹਨਾਂ ਨੇ ਰਾਵਲਪਿੰਡੀ ਤੋਂ 2nd Division ਦੇ 4 ਸਿੱਖ ਅਫਸਰਾਂ ਨੂੰ ਇਹ ਵੇਖਣ ਲਈ ਅੰਮ੍ਰਿਤਸਰ ਭੇਜਿਆ ਕਿ ਦਰਬਾਰ ਸਾਹਿਬ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ।